ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ। ਜਿਉਂ ਬੁਲਾਵੋ ਤਿਉਂ ਬੋਲੈ ਸਵਾਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਬੇਸ਼ੁਮਾਰ ਅਥਾ ਅਗਣਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਜਾਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜੂਰੀ ਅੰਦਰ ਬਿਰਾਜਮਾਨ ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਗੁਰੂ ਸਾਹਿਬ ਜੀ ਦੀ ਪਾਵਨ ਹਜੂਰੀ ਅੰਦਰ ਬੈਠ ਕਰਕੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇਸ ਪਾਵਨ ਸਥਾਨ ਦੇ ਗ੍ਰੰਥੀ ਸਿੰਘ ਸਤਿਕਾਰਯੋਗ ਭਾਈ ਸਵਿੰਦਰ ਸਿੰਘ ਜੀ ਪਾਸੋਂ ਆਪ ਜੀ ਨੇ ਪਾਵਨ ਸ਼ਬਦ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਆਸਾ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਉਚਾਰਿਆ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 484 ਉੱਤੇ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਜੋ ਉਪਦੇਸ਼ ਭਗਤ ਜੀ ਦੇ ਰਹੇ ਹਨ, ਇਸ ਪਾਵਨ ਸ਼ਬਦ ਨਾਲ ਜੁੜ ਕੇ ਪਾਵਨ ਉਪਦੇਸ਼ ਨੂੰ ਆਪਣੇ ਹਿਰਦਿਆਂ ਵਿੱਚ ਵਸਾਈਏ ਅਤੇ ਅੱਜ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਪਾਵਨ ਸਥਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਹਿਰੋਲੀ ਵਿਖੇ ਮਨਾਇਆ ਜਾ ਰਿਹਾ ਹੈ। ਸ਼ਾਮ ਤਕਰੀਬਨ 3 ਵਜੇ ਤੱਕ ਦੀਵਾਨ ਸੱਜਣੇ ਹਨ। ਆਪਾਂ ਵੀ ਕੁਝ ਵਿਚਾਰ ਇਸ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਜ਼ਰੂਰ ਕਰਾਂਗੇ।
ਭਗਤ ਕਬੀਰ ਜੀ ਰਹਾਉ ਵਾਲੀ ਪੰਕਤੀ ਵਿੱਚ ਆਖਦੇ ਹਨ, ਪੂਜਿਓ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕਹਿਣ ਤੋਂ ਭਾਵ ਹੈ ਕਿ ਉਹ ਜੋ ਇੱਕ ਪਰਮਾਤਮਾ ਦੇਵ ਹੈ, ਜੋ ਅਕਾਲ ਪੁਰਖ ਹੈ, ਉਹਦਾ ਭਜਨ ਕਰੋ, ਉਹਦੀ ਪੂਜਾ ਕਰੋ। ਜਿਹਨੂੰ ਆਖਿਆ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ, ਜਿਹੜਾ ਰਾਜਿਆਂ ਦਾ ਰਾਜਾ ਹੈ, ਸੂਰਜਾਂ ਦਾ ਸੂਰਜ ਹੈ, ਭਾਵ ਸੂਰਜ ਨੂੰ ਵੀ ਪ੍ਰਕਾਸ਼ ਦੇਣ ਵਾਲਾ, ਜਿਹੜਾ ਦੇਵਤਿਆਂ ਦਾ ਦੇਵਤਾ ਹੈ, ਜਿਹੜੀ ਉਪਮਾ ਬੜੀ ਵੱਡੀ ਹੈ, ਜਿਸ ਅਕਾਲ ਪੁਰਖ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹ ਇੱਕ ਹੈ, ਉਹਦਾ ਨਾਮ ਸਦੀਵੀ ਹੋਂਦ ਵਾਲਾ ਹੈ, ਉਹ ਸੰਸਾਰ ਨੂੰ ਬਣਾਉਣ ਵਾਲਾ ਹੈ ਅਤੇ ਸੰਸਾਰ ਦੇ ਵਿੱਚ ਵਿਆਪਕ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ, ਉਸ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਹੈ, ਉਹ ਪਰਮਾਤਮਾ ਮੌਤ ਤੋਂ ਉੱਪਰ ਹੈ, ਮੌਤ ਉਹਦੇ ਭੈ ਵਿੱਚ ਚੱਲਦੀ ਹੈ, ਉਹ ਜਿਉਨਾ ਵਿੱਚ ਨਹੀਂ ਆਉਂਦਾ ਅਤੇ ਆਪਣੇ ਪ੍ਰਕਾਸ਼ ਤੋਂ ਹੀ ਪ੍ਰਕਾਸ਼ਮਾਨ ਹੈ, ਜਿਹਨੂੰ ਕਹਿੰਦੇ ਸੁੱਤੇ ਪ੍ਰਕਾਸ਼। ਉਹਨੂੰ ਹੋਂਦ ਵਿੱਚ ਆਉਣ ਲਈ ਸਾਡੇ ਵਾਂਗੂ ਮਾਤਾ ਪਿਤਾ ਦੇ ਸੰਯੋਗ ਦੀ ਲੋੜ ਨਹੀਂ ਪਈ, ਉਹ ਆਪਣੇ ਪ੍ਰਕਾਸ਼ ਤੋਂ ਹੀ ਪ੍ਰਕਾਸ਼ਮਾਨ ਹੈ। ਐਸਾ ਪਰਮਾਤਮਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਉਸ ਪਰਮਾਤਮਾ ਦਾ ਆਪਾਂ ਨਾਮ ਜਪਣਾ, ਉਸ ਪਰਮਾਤਮਾ ਦੇ ਆਪਾਂ ਗੁਣ ਗਾਉਣੇ ਹਨ, ਉਸ ਪਰਮਾਤਮਾ ਦੀ ਪੂਜਾ ਕਰਨੀ ਹੈ, ਉਹਦਾ ਭਜਨ ਕਰਨਾ ਹੈ। ਅਤੇ ਉਹਦੀ ਪੂਜਾ ਕਿਸ ਤਰ੍ਹਾਂ ਕਰਨੀ ਹੈ, ਉਹਦੀ ਪੂਜਾ ਕਰਨੀ ਉਹਦਾ ਨਾਮ ਜਪ ਕੇ, ਤੇਰਾ ਨਾਮ ਕਰੀ ਚੰਨ ਨਾਠੀਆਂ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰ ਲੈ, ਘਾਟ ਅੰਤਰ ਪੂਜਾ ਹੋਏ। ਕਹਿਣ ਲੱਗੇ ਉਸ ਪਰਮਾਤਮਾ ਦੀ ਨਾਮ ਜਪ ਕੇ ਅੰਦਰ ਹੀ ਪੂਜਾ ਹੋ ਸਕਦੀ ਹੈ, ਪੂਜਾ ਕੀਚੈ ਨਾਮ ਧਿਆਈਐ, ਵਿਣ ਨਾਵੇ ਪੂਜ ਨਾ ਹੋਏ। ਜੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾ ਰਿਹਾ ਤਾਂ ਹੋਰ ਜੋ ਮਰਜ਼ੀ ਕਰ ਲਓ, ਧੂਫਾਂ ਵੀ ਤਿਖਾ ਲਓ, ਦੀਵੇ ਵੀ ਜਗਾ ਲਓ, ਜਿੰਨਾ ਕੁਝ ਮਰਜ਼ੀ ਕਰ ਲਓ, ਜੇ ਤੁਸੀਂ ਉਹਦਾ ਨਾਮ ਨਹੀਂ ਜਪਿਆ ਤਾਂ ਪੂਜਾ ਹੋਈ ਨਹੀਂ ਹੈ। ਤੁਸੀਂ ਕੁਝ ਵੀ ਨਾ ਕਰੋ, ਨਾ ਧੂਫਾਂ ਤਿਖਾਓ, ਨਾ ਦੀਵੇ ਜਗਾਓ, ਕੇਵਲ ਉਸ ਪਰਮਾਤਮਾ ਦਾ ਨਾਮ ਜਪ ਲਓ ਅਤੇ ਉਹਦੀ ਪੂਜਾ ਹੋ ਗਈ। ਕਿਉਂਕਿ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਓਛੀਆਂ, ਨਾਮ ਤੋਂ ਬਿਨਾਂ ਸਭ ਝੂਠ ਹੈ। ਇਸ ਗੱਲ ਦੀ ਗਵਾਹੀ ਸਿਮਰਤੀਆਂ ਵੇਦ ਪੁਰਾਨ ਧਾਰਮਿਕ ਪੁਸਤਕਾਂ ਅਤੇ ਧਾਰਮਿਕ ਗ੍ਰੰਥ ਦੇ ਰਹੇ ਹਨ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਸਾਰਾ ਕੁਝ ਵਿਅਰਥ ਹੈ। ਜਿਹੜਾ ਨਾਮ ਨਹੀਂ ਜਪਦਾ ਉਹ ਆਪਣਾ ਜੀਵਨ ਵਿਅਰਥ ਗਵਾ ਕੇ ਜਾਂਦਾ ਹੈ, ਜਿਹੜਾ ਨਾਮ ਜਪਦਾ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਦੂਜੀ ਗੱਲ ਰਹਾਉ ਵਾਲੀ ਪੰਕਤੀ ਵਿੱਚ ਆਖੀ ਹੈ, ਕਹਿਣ ਲੱਗੇ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਰਹਾਉ
ਕਹਿੰਦੇ ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ ਤੀਰਥ ਇਸ਼ਨਾਨ ਹੈ। ਗੁਰੂ ਦੇ ਦੱਸੇ ਰਾਹ 'ਤੇ ਤੁਰਨਾ ਹੀ ਗੁਰੂ ਦੀ ਸੇਵਾ ਹੈ। ਅਤੇ ਜਿਨ੍ਹਾਂ ਨੇ ਗੁਰੂ ਦੇ ਦੱਸੇ ਰਾਹ 'ਤੇ ਤੁਰਨਾ ਕੀਤਾ, ਫਤਿਹ ਨੇ ਜਿੱਤ ਨੇ ਉਹਨਾਂ ਦੇ ਕਦਮ ਚੁੰਮੇ। ਅਨੇਕਾਂ ਸ਼ਹੀਦ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਅਰਦਾਸ ਦੇ ਵਿੱਚ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੀ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਅਤੇ ਫਿਰ ਅਰਦਾਸੀਆ ਕਹਿੰਦਾ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅੱਜ ਵੀ ਆਪਾਂ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ, ਉਹਨਾਂ ਦੀ ਸੇਵਾ ਦਾ ਧਿਆਨ ਧਰ ਕੇ ਪਰਮਾਤਮਾ ਦਾ ਨਾਮ ਜਪਦੇ ਹਾਂ, ਵਾਹਿਗੁਰੂ ਸ਼ਬਦ ਉਚਾਰਨ ਕਰਦੇ ਹਾਂ। ਇਸੇ ਤਰ੍ਹਾਂ ਅਮਰ ਸ਼ਹੀਦ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਰਜੌਰੀ ਨਗਰ ਦੇ ਵਿੱਚ ਰਾਮ ਦੇਵ ਦੇ ਗ੍ਰਹਿ ਵਿਖੇ ਹੋਇਆ ਹੈ, 16 ਅਕਤੂਬਰ ਨੂੰ 1670 ਨੂੰ। ਤਕਰੀਬਨ ਕਹਿ ਲਈਏ ਕਿ 4 ਕੁ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਛੋਟੇ ਸਨ ਬਾਬਾ ਬੰਦਾ ਸਿੰਘ ਬਹਾਦਰ। ਬਚਪਨ ਦਾ ਨਾਮ ਲਛਮਣ ਦੇਵ ਜਾਂ ਲਛਮਣ ਦਾਸ ਰੱਖਿਆ ਮਾਪਿਆਂ ਨੇ, ਔਰ ਪਿਤਾ ਵਾਂਗੂ ਬਚਪਨ ਤੋਂ ਹੀ ਸ਼ਿਕਾਰ ਖੇਡਣ ਦੀ ਰੁਚੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜਿਹਦਾ ਨਾਂ ਲਛਮਣ ਦੇਵ ਹੈ, ਇੱਕ ਦਿਨ ਉਹਨੇ ਸ਼ਿਕਾਰ ਕੀਤਾ ਹਿਰਨੀ ਦਾ, ਕੋਲ ਜਾ ਕੇ ਵੇਖਿਆ ਅਤੇ ਹਿਰਨੀ ਦੇ ਪੇਟ ਤੋਂ ਪਤਾ ਚੱਲਿਆ ਵੀ ਇਹ ਗਰਭਵਤੀ ਹੈ, ਕੁਝ ਸਮੇਂ ਬਾਅਦ ਇਹਨੇ ਬੱਚਿਆਂ ਨੂੰ ਜਨਮ ਦੇਣਾ ਸੀ। ਲਛਮਣ ਦੇਵ ਨੇ ਉਸ ਹਿਰਨੀ ਦੇ ਪੇਟ ਨੂੰ ਚੀਰਿਆ ਅਤੇ ਉਹਦੇ ਵਿੱਚੋਂ ਬੱਚੇ ਨਿਕਲੇ। ਇਸ ਮਨਸਾ ਨਾਲ ਚੀਰਿਆ ਵੀ ਹੋ ਸਕਦਾ ਵੀ ਬੱਚਿਆਂ ਨੂੰ ਬਚਾਇਆ ਜਾ ਸਕੇ, ਪਰ ਉਹਨਾਂ ਬੱਚਿਆਂ ਨੇ ਤੜਪ ਤੜਪ ਕੇ ਪ੍ਰਾਣ ਤਿਆਗ ਦਿੱਤੇ। ਮਨ ਦੇ ਵਿੱਚ ਵੈਰਾਗ ਆ ਗਿਆ। ਇਹਨਾਂ ਦਿਨਾਂ ਵਿੱਚ ਇੱਕ ਜਾਨਕੀ ਪ੍ਰਸਾਦ ਸਾਧੂ ਉਸ ਨਗਰ ਵਿੱਚ ਆਇਆ, ਉਹਦਾ ਚੇਲਾ ਬਣ ਗਿਆ। ਥਾਂ ਥਾਂ ਦੇ ਉੱਤੇ ਵੱਖ ਵੱਖ ਤੀਰਥਾਂ ਦੇ ਉੱਤੇ ਯਾਤਰਾ ਕੀਤੀ। ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਾਸੀ ਦੇ ਪੁੱਤਰ ਹੋਏ ਨੇ ਰਾਮ ਥੰਮਣ ਜੀ, ਉਹਨਾਂ ਦਾ ਸਥਾਨ ਹੈ ਕਸੂਰ ਦੇ ਨੇੜੇ, ਅਤੇ ਉੱਥੇ ਸਾਲ ਬਾਅਦ ਮੇਲਾ ਲੱਗਦਾ ਹੈ। ਉੱਥੇ ਦੂਰਾਂ ਦੂਰਾਂ ਤੋਂ ਚੱਲ ਕੇ ਸਾਧੂ ਆਉਂਦੇ ਨੇ, ਅਤੇ ਲਛਮਣ ਦੇਵ ਦਾ ਨਾਮ ਜਾਨਕੀ ਪ੍ਰਸਾਦ ਨੇ ਮਾਧੋ ਦਾਸ ਰੱਖ ਦਿੱਤਾ। ਇਹ ਸੋਚਿਆ ਕਿ ਜਦੋਂ ਇਹਦੇ ਮਾਪੇ ਇਹਨੂੰ ਲੈਣ ਆਉਣਗੇ ਅਤੇ ਉਹ ਪੁੱਛਣਗੇ ਵੀ ਸਾਡਾ ਪੁੱਤਰ ਇਹ ਨਾਮ ਹੈ, ਅਤੇ ਜਿਸ ਨੂੰ ਵੀ ਪਤਾ ਲੱਗੇਗਾ ਵੀ ਇੱਥੇ ਤਾਂ ਮਾਧੋ ਦਾਸ ਹੈ, ਲਛਮਣ ਦੇਵ ਨਹੀਂ ਹੈ, ਅਤੇ ਉਹ ਉਹੀ ਨਾਂ ਦੱਸਣਗੇ ਅਤੇ ਉਹ ਵਾਪਸ ਚਲੇ ਜਾਣਗੇ, ਇਹ ਮੇਰੇ ਕੋਲ ਰਹੇਗਾ। ਇਸ ਮਨਸਾ ਨਾਲ ਮਾਧੋ ਦਾਸ ਨਾਮ ਰੱਖਿਆ। ਮਾਧੋ ਦਾਸ ਜਾਨਕੀ ਪ੍ਰਸਾਦ ਦੇ ਨਾਲ
ਰਾਮ ਥੰਮਣ ਦੇ ਡੇਰੇ ਉੱਤੇ ਗਿਆ ਹੈ। ਉੱਥੇ ਸਮਰੱਥ ਰਾਮਦਾਸ ਇੱਕ ਸਾਧੂ ਆਇਆ ਹੈ, ਉਹਦੇ ਨਾਲ ਬਹਿਸ ਚਰਚਾ ਹੋਈ ਹੈ ਅਤੇ ਉਸ ਬਹਿਸ ਚਰਚਾ ਦੇ ਵਿੱਚ ਜਾਨਕੀ ਪ੍ਰਸਾਦ ਹਾਰ ਗਿਆ ਅਤੇ ਸਮਰੱਥ ਰਾਮਦਾਸ ਜਿੱਤ ਗਿਆ। ਇਹ ਸਮਰੱਥ ਦਾ ਰਾਮਦਾਸ ਉਹੀ ਹੈ ਜਿਹੜਾ ਸ਼੍ਰੀਨਗਰ ਗੜਵਾਲ ਦੀ ਧਰਤੀ 'ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਿਲਿਆ ਸੀ ਅਤੇ ਉੱਥੇ ਕਈ ਉਹਨੇ ਸਵਾਲ ਕੀਤੇ ਅਤੇ ਗੁਰੂ ਦੇ ਉੱਤਰ ਸੁਣ ਕੇ ਉਹ ਨਿਰੁੱਤਰ ਹੋ ਗਿਆ ਅਤੇ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋਇਆ। ਸ਼ਾਸਤਰ ਅਤੇ ਸ਼ਾਸਤਰ ਦਾ ਸੁਮੇਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨੂੰ ਸਮਝਾਇਆ, ਆਖਿਆ ਗੁਰੂ ਨਾਨਕ ਨੇ ਸੰਸਾਰ ਨਹੀਂ ਸੀ ਤਿਆਗਿਆ, ਮਾਇਆ ਤਿਆਗੀ ਸੀ, ਮਾਇਆ ਦੀ ਮੋਹ ਮਮਤਾ ਤੋਂ ਉੱਪਰ ਉੱਠ ਕੇ ਪ੍ਰਚਾਰ ਕੀਤਾ ਸੀ। ਇਹ ਸਮਰੱਥ ਰਾਮਦਾਸ ਜਦੋਂ ਔਰੰਗਜ਼ੇਬ ਦੇ ਸਾਹਮਣੇ ਹਥਿਆਰ ਚੁੱਕਣ ਵਾਲਾ ਸ਼ਿਵਾਜੀ ਰਾਓ ਮਰਾਠਾ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ ਅਤੇ ਉਹਨੂੰ ਵੀ ਇਹੀ ਉਪਦੇਸ਼ ਸਮਰੱਥ ਰਾਮਦਾਸ ਨੇ ਦਿੱਤਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਉਹਨੇ ਸੁਣਿਆ ਸੀ। ਜਦੋਂ ਸਮਰੱਥ ਰਾਮਦਾਸ ਜਿੱਤ ਗਿਆ ਅਤੇ ਮਾਧੋਦਾਸ ਦੇ ਮਨ 'ਤੇ ਬੜਾ ਪ੍ਰਭਾਵ ਪਿਆ, ਜਾਨਕੀ ਪ੍ਰਸਾਦ ਦਾ ਪੱਲਾ ਛੱਡ ਕੇ ਹੁਣ ਸਮਰੱਥ ਰਾਮਦਾਸ ਉਹਨੂੰ ਗੁਰੂ ਧਾਰਨ ਕਰ ਲਿਆ ਅਤੇ ਚੱਲਦੇ ਚੱਲਦੇ ਪੰਚ ਬਟੀ ਦੇ ਉਸ ਸਥਾਨ 'ਤੇ ਪਹੁੰਚ ਕੇ ਆਪਣਾ ਡੇਰਾ ਕੀਤਾ ਏ। ਸਮਰੱਥ ਰਾਮਦਾਸ ਦੀ ਜਦੋਂ ਮੌਤ ਹੋ ਗਈ ਉਸ ਤੋਂ ਬਾਅਦ ਮਾਧੋਦਾਸ ਦਾ ਵਾਸਤਾ ਔਗੜਨਾਥ ਜੋਗੀ ਦੇ ਨਾਲ ਪਿਆ, ਉਹਨੂੰ ਗੁਰੂ ਧਾਰਨ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਔਰ ਉਹਦੇ ਕੋਲ ਇੱਕ ਐਸੀ ਕਿਤਾਬ ਸੀ ਜੰਤਰ ਮੰਤਰ ਤੰਤਰ ਜਿਹਦੇ ਵਿੱਚ ਸਨ, ਉਹ ਵੀ ਮਾਧੋਦਾਸ ਨੂੰ ਉਹਨੇ ਦੇ ਦਿੱਤੀ। ਮਾਧੋਦਾਸ ਇੱਥੋਂ ਚੱਲਦਾ ਹੋਇਆ ਦੱਖਣ ਨੰਦੇੜ ਦੀ ਧਰਤੀ 'ਤੇ ਆ ਗਿਆ ਅਤੇ ਗੋਦਾਵਰੀ ਨਦੀ ਦੇ ਕੰਢੇ ਉੱਤੇ ਆਪਣਾ ਡੇਰਾ ਬਣਾ ਕੇ ਬਹਿ ਗਿਆ। ਜੇ ਕੋਈ ਸਾਧੂ ਇਹਦੇ ਡੇਰੇ 'ਤੇ ਆਉਂਦਾ, ਪਲੰਘ ਉੱਤੇ ਬਿਠਾਉਂਦਾ ਅਤੇ ਉਹਨੂੰ ਉਲਟਾ ਦਿੰਦਾ ਅਤੇ ਫਿਰ ਤਾੜੀ ਮਾਰ ਕੇ ਹੱਸਦਾ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲਦੇ ਚੱਲਦੇ ਜਦੋਂ ਇਸ ਦੱਖਣ ਦੀ ਧਰਤੀ 'ਤੇ ਪਹੁੰਚੇ ਹਨ, ਨੰਦੇੜ ਦੀ ਧਰਤੀ 'ਤੇ, ਅਤੇ ਗੁਰੂ ਸਾਹਿਬ ਜੀ ਇਹਦੇ ਡੇਰੇ ਵਿੱਚ ਗਏ ਹਨ, ਇਹਦੇ ਸੇਵਕਾਂ ਨੇ ਜਾ ਕੇ ਦੱਸਿਆ, ਸ਼ਕਤੀਆਂ ਲਾ ਕੇ ਪਲੰਘ ਲਟਾਉਣ ਦੀ ਕੋਸ਼ਿਸ਼ ਕੀਤੀ ਪਰ ਪੇਸ਼ ਨਹੀਂ ਗਈ। ਅਖੀਰ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਨਾਲ ਪੁੱਛਿਆ ਵੀ ਤੁਸੀਂ ਕੌਣ ਹੋ। ਕਹਿਣ ਲੱਗੇ ਜਿਹਨੂੰ ਤੂੰ ਜਾਣਦਾ ਹੈ, ਅਤੇ ਕੁਝ ਸਮਾਂ ਸੋਚਣ ਤੋਂ ਬਾਅਦ ਕਹਿਣ ਲੱਗਾ ਤੁਸੀਂ ਸਾਕਸ਼ਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨਹੀਂ। ਕਹਿਣ ਲੱਗੇ ਤੂੰ ਸਹੀ ਪਛਾਣਿਆ। ਕਹਿੰਦੇ ਇੱਧਰ ਕਿਸ ਤਰ੍ਹਾਂ ਆਏ ਹੋ? ਕਹਿਣ ਲੱਗੇ ਅਸੀਂ ਤੈਨੂੰ ਆਪਣਾ ਸਿੱਖ ਬਣਾਉਣ ਆਏ ਹਾਂ। ਕਹਿਣ ਲੱਗੇ ਮੈਂ ਤੁਹਾਡਾ ਬੰਦਾ ਹਾਂ, ਤੁਸੀਂ ਮੈਨੂੰ ਆਪਣਾ ਸਿੱਖ ਬਣਾਵੋ, ਮੈਨੂੰ ਪ੍ਰਮਾਣ ਹੈ। ਗੁਰੂ ਸਾਹਿਬ ਕਹਿਣ ਲੱਗੇ ਜੇ ਬੰਦਾ ਹੈ ਤਾਂ ਬੰਦਿਆਂ ਵਰਗੇ ਕੰਮ ਵੀ ਕਰ। ਗੁਰੂ ਸਾਹਿਬ ਨੇ ਇਸ ਮਾਧੋਦਾਸ ਨੂੰ ਜੋ ਪੰਜਾਬ ਦੇ ਵਿੱਚ ਹਾਲਾਤ ਸਨ ਉਹਨਾਂ ਤੋਂ ਜਾਣੂ ਕਰਵਾਇਆ। ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਜਿੱਥੇ ਆਪ ਜੀ ਬਰਾਜੇ ਹੋਏ ਹੋ, ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਦਿੱਲੀ, ਇੱਥੇ ਸ਼ਹੀਦ ਕੀਤਾ ਗਿਆ।
ਕਿਸ ਤਰ੍ਹਾਂ 10 ਲੱਖ ਫੌਜ ਨੇ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾਇਆ ਅਤੇ ਭੁੱਖਣ ਭਾਣੇ 40 ਸਿੰਘ ਅਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ। ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਕਿਸ ਤਰ੍ਹਾਂ ਪੰਜਾਬ ਦੀ ਚੱਪੇ ਚੱਪੇ 'ਤੇ ਧਰਤੀ 'ਤੇ ਬੇਦੋਸ਼ਿਆਂ ਦਾ ਖੂਨ ਡੋਲਿਆ ਗਿਆ। ਮਾਧੋ ਦਾਸ ਨੇ ਜਦੋਂ ਸੁਣਿਆ ਇਹਦੇ ਡੌਲੇ ਫਰਕੇ ਅੱਖਾਂ ਲਾਲ ਹੋ ਗਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਅੰਮ੍ਰਿਤਪਾਨ ਕਰਵਾਇਆ। ਕਈ ਸਰੋਤ ਕਹਿੰਦੇ ਵੀ ਨਾਮ ਗੁਰਬਖਸ਼ ਸਿੰਘ ਰੱਖਿਆ, ਪਰ ਇਹਨੇ ਆਖਿਆ ਮੈਂ ਤੁਹਾਡਾ ਬੰਦਾ ਹਾਂ ਅਤੇ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਮਸ਼ਹੂਰ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਇਹਨੂੰ ਸਾਰੇ ਹਾਲਾਤ ਦੱਸੇ ਅਤੇ ਇਹਨੇ ਆਖਿਆ ਮੈਨੂੰ ਆਗਿਆ ਦਿਓ, ਮੈਂ ਪੰਜਾਬ ਜਾ ਕੇ ਉਹਨਾਂ ਜ਼ਾਲਮਾਂ ਨੂੰ ਸੋਧਾਂਗਾ। ਇਹ ਅਜੇ ਨੰਦੇੜ ਦੀ ਧਰਤੀ 'ਤੇ ਸੀ। ਉੱਧਰ ਸੂਬੇ ਸਰਹੰਦ ਨੂੰ ਪਤਾ ਲੱਗਾ ਜਦੋਂ ਬਾਦਸ਼ਾਹ ਅਕਬਰ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਲਾਪ ਹੋਇਆ ਅਤੇ ਗੁਰੂ ਸਾਹਿਬ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਉਹਨੇ 2 ਪਠਾਨ ਤਿਆਰ ਕੀਤੇ, ਗੁਲ ਖਾਂ ਅਤੇ ਜਮਸ਼ੇਦ ਖਾਂ। ਉਹਨਾਂ ਨੂੰ ਨੰਦੇੜ ਦੀ ਧਰਤੀ 'ਤੇ ਭੇਜਿਆ ਅਤੇ ਇੱਕ ਦਿਨ ਉਹਨਾਂ ਨੇ ਮੌਕਾ ਵੇਖ ਕੇ ਇੱਕ ਵਾਰ ਪਹਿਰੇਦਾਰੀ 'ਤੇ ਖਲੋ ਗਿਆ, ਦੂਜੇ ਨੇ ਅੰਦਰ ਜਾ ਕੇ ਗੁਰੂ ਸਾਹਿਬ ਦੀ ਵੱਖੀ ਵਿੱਚ ਛੁਰਾ ਮਾਰਿਆ। ਗੁਰੂ ਸਾਹਿਬ ਨੇ ਭੱਜਣ ਲੱਗੇ ਨੂੰ ਉਹਦੀ ਕਮੀਜ਼ ਪੁਸ਼ਾਕ ਪਕੜ ਕੇ ਸੁੱਟ ਲਿਆ ਅਤੇ ਸ਼ਮਸ਼ੀਰ ਦੇ ਨਾਲ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜਾ ਬਾਹਰ ਸੀ ਭੱਜਦੇ ਜਾਂਦੇ ਨੂੰ ਭਾਈ ਲੱਖਾ ਸਿੰਘ ਨੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸਾਰਾ ਕੁਝ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਰਹਿੰਦਿਆਂ ਆਪਣੇ ਕੰਨਾਂ ਨਾਲ ਸੁਣਿਆ ਅਤੇ ਗੁਰੂ ਜੀ 'ਤੇ ਵਾਰ ਹੋਇਆ ਦੇਖਿਆ। ਗੁਰੂ ਸਾਹਿਬ ਜੀ ਦੀ ਬਹਾਦਰ ਸ਼ਾਹ ਨੇ ਜਰਾ ਭੇਜ ਕੇ ਮਲਮ ਪੱਟੀ ਕਰਾਈ ਅਤੇ ਗੁਰੂ ਸਾਹਿਬ ਜੀ ਦੇ ਜ਼ਖਮ ਨੂੰ ਟੈਂਕੇ ਲਾ ਦਿੱਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਭੱਥੇ ਵਿੱਚੋਂ 5 ਤੀਰ ਦਿੱਤੇ, 5 ਸਿੰਘ ਦਿੱਤੇ, ਭਾਈ ਵਿਨੋਦ ਸਿੰਘ ਜੀ, ਭਾਈ ਕਾਨ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਰਣ ਸਿੰਘ ਜੀ, ਭਾਈ ਫਤਿਹ ਸਿੰਘ ਜੀ। ਆਖਿਆ ਇਹਨਾਂ 5 ਦੀ ਤਾਬਿਆ ਵਿੱਚ ਰਹਿਣਾ, ਕੋਈ ਮੁਸ਼ਕਲ ਬਣੇ ਤਾਂ ਹੱਥ ਜੋੜ ਕੇ ਗੁਰੂ ਨਾਨਕ ਦੇ ਘਰ ਵਿੱਚ ਅਰਦਾਸ ਕਰਨੀ, ਗੁਰੂ ਨਾਨਕ ਦਾ ਘਰ ਤੇਰੀ ਸਹਾਇਤਾ ਕਰੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸਤਿਗੁਰੂ, ਮੈਂ ਪੰਜਾਬ ਦੀ ਧਰਤੀ 'ਤੇ ਜਾਵਾਂਗਾ ਅਤੇ ਮੈਂ ਕਿਹਨੂੰ ਕਹਾਂਗਾ ਕਿ ਮੇਰੀ ਮਦਦ ਕਰੋ, ਮੈਂ ਬਹੁਤਾ ਕਿਸੇ ਨੂੰ ਜਾਣਦਾ ਨਹੀਂ। ਗੁਰੂ ਸਾਹਿਬ ਨੇ ਜਿਹੜੇ ਵੱਡੇ ਵੱਡੇ ਸਿੱਖ ਘਰਾਣੇ ਸਨ ਉਹਨਾਂ ਦੇ ਨਾਮ ਹੁਕਮਨਾਮੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ। ਆਖਿਆ ਪੰਜਾਬ ਪਹੁੰਚ ਕੇ ਇਹ ਹੁਕਮਨਾਮੇ ਭੇਜ ਦੇਵੀਂ, ਸਿੰਘ ਫੌਜ ਲੈ ਕੇ ਤੇਰੇ ਨਾਲ ਆ ਮਿਲਣਗੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਤੋਂ ਲੰਘ ਕੇ ਪਾਣੀਪਤ ਦੇ ਇਲਾਕੇ ਵਿੱਚ ਗਿਆ, ਇੱਥੇ ਛੋਟੀਆਂ ਛੋਟੀਆਂ ਲੜਾਈਆਂ ਹੋਈਆਂ ਜਿਨ੍ਹਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਹੁਕਮਨਾਮੇ ਭੇਜੇ ਗਏ, ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਹੁਣ ਫੌਜ ਬਣ ਗਈ ਹੈ,
ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਚਾਰ ਕਰਦੇ ਨੇ ਕਿ ਹੁਣ ਇਹਨਾਂ ਦੇ ਲੰਗਰ ਪਾਣੀ ਵਾਸਤੇ, ਰਸਤ ਪਾਣੀ ਵਾਸਤੇ ਪੈਸੇ ਵੀ ਚਾਹੀਦੇ ਨੇ। ਹੁਣ ਪੈਸੇ ਇੰਨੇ ਕੋਲ ਨਹੀਂ, ਆਰਥਿਕ ਤੰਗੀ ਹੈ। ਫਿਰ ਗੁਰੂ ਦੀ ਗੱਲ ਯਾਦ ਆਈ ਕਿ ਜਦੋਂ ਕੋਈ ਵੀ ਹੀਲਾ ਨਾ ਬਚੇ, ਫਿਰ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਅਰਦਾਸ ਕਰਿਓ, ਗੁਰੂ ਨਾਨਕ ਦੇਵ ਜੀ ਸਹਾਇਤਾ ਕਰਨਗੇ। ਇਹਨਾਂ ਫਿਰ ਅਰਦਾਸ ਕੀਤੀ। ਅਜੇ ਅਰਦਾਸ ਕਰਕੇ ਜੈਕਾਰਾ ਛੱਡ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਿੱਛੇ ਨੂੰ ਦੇਖਿਆ ਅਤੇ ਦੋ ਸਿੱਖ ਖੜ੍ਹੇ ਸਨ। ਬਾਬਾ ਬੰਦਾ ਸਿੰਘ ਬਹਾਦਰ ਚੁਕੰਨੇ ਹੋ ਕੇ ਉਹਨਾਂ ਨੂੰ ਪੁੱਛਣ ਲੱਗੇ, ਤੁਸੀਂ ਕੌਣ ਹੋ, ਕਿੱਥੇ ਆਏ ਹੋ, ਪਹਿਲਾਂ ਤੁਸੀਂ ਇੱਥੇ ਨਹੀਂ ਸੀ। ਉਹਨਾਂ ਭਾਈ ਕਿਸ਼ੋਰਾ ਸਿੰਘ ਪਿਸ਼ੌਰਾ ਸਿੰਘ ਨੇ ਆਖਿਆ, ਅਸੀਂ ਤਾਂ ਬੜੀ ਦੇਰ ਦੇ ਤੁਹਾਨੂੰ ਲੱਭਦੇ ਫਿਰਦੇ ਸਾਂ। ਅਸੀਂ ਹਮੇਸ਼ਾ ਦਸਵੰਧ ਦੀ ਮਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕਰਦੇ ਸਾਂ। ਸਾਨੂੰ ਪਤਾ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੇਜੇ ਹੋਏ ਤੁਸੀਂ ਪੰਜਾਬ ਦੇ ਵਿੱਚ ਹਲੇਮੀ ਰਾਜ ਦੀ ਸਥਾਪਨਾ ਕਰਨ ਵਾਸਤੇ ਆਏ ਹੋ, ਅਤੇ ਅਸੀਂ ਦਸਵੰਧ ਦੀ ਮਾਇਆ ਲੈ ਕੇ ਆਏ। ਬੜੇ ਵੱਡੇ ਵਪਾਰੀ ਸਨ ਅਤੇ ਬਹੁਤ ਵੱਡੀ ਰਕਮ ਉਹਨਾਂ ਦਸਵੰਧ ਦੀ ਮਾਇਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਅੱਗੇ ਸਿੱਖ ਜਰਨੈਲਾਂ ਵਿੱਚ ਵਰਤਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਰਹੰਦ ਨੂੰ ਫਤਿਹ ਕਰਨ ਤੋਂ ਪਹਿਲਾਂ ਜਿਹੜੀਆਂ ਹੋਰ ਤਾਕਤਾਂ ਸਨ ਉਸ ਦੇ ਨਾਲ ਜੁੜੀਆਂ ਹੋਈਆਂ, ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਸਰ ਕਰਨਾ ਅਤੇ ਫਿਰ ਸਰਹੰਦ ਦੇ ਉੱਤੇ ਚੜ੍ਹਾਈ ਕਰਨੀ, ਇਹ ਹੌਲੀ ਹੌਲੀ ਪਹਿਲਾਂ ਸਮਾਣੇ ਵੱਲ ਨੂੰ ਵਧੇ ਨੇ। ਸਮਾਣਾ ਉਹ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲੋਦੀਨ ਸਮਾਣੇ ਦੇ ਰਹਿਣ ਵਾਲਾ ਸੱਯਦ ਸਾਂਸਲ ਬੇਗ, ਸੱਯਦ ਬਾਂਸਲ ਬੇਗ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉਹ ਵੀ ਸਮਾਣੇ ਦੇ ਰਹਿਣ ਵਾਲੇ ਸਨ। ਇਸ ਤਰ੍ਹਾਂ ਉਹ ਕਾਜੀ ਜਿਹੜਾ ਜਦੋਂ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਭੇਜੀ, ਇੱਕ ਚਿੱਠੀ ਲਿਖ ਕੇ ਉਹ ਕੁਰਾਨ ਸ਼ਰੀਫ ਅਨੰਦਪੁਰ ਸਾਹਿਬ ਲੈ ਕੇ ਜਾਣ ਵਾਲਾ ਜਿਹੜਾ ਕਾਜੀ ਸੀ, ਉਹ ਵੀ ਸਮਾਣੇ ਦੇ ਰਹਿਣ ਵਾਲਾ ਸੀ। ਸਮਾਣਾ ਉਹ ਸ਼ਹਿਰ ਸੀ ਜਿੱਥੋਂ ਦੇ 22 ਐਸੇ ਲੋਕ ਸਨ ਜਿਨ੍ਹਾਂ ਨੂੰ ਪਾਲਕੀ ਅਤੇ ਸਵਾਰੀ ਕਰਨ ਦਾ ਸਰਕਾਰ ਵੱਲੋਂ ਹੁਕਮ ਮਿਲਿਆ ਹੋਇਆ ਸੀ, ਆਗਿਆ ਮਿਲੀ ਹੋਈ ਸੀ। ਉਹਨਾਂ ਨੂੰ ਘੋੜ ਸਵਾਰ ਰੱਖਣ ਦੀ ਆਗਿਆ ਸੀ, ਉਹਨਾਂ ਨੂੰ ਬਾਡੀ ਗਾਰਡ ਰੱਖਣ ਦੀ ਆਗਿਆ ਸੀ। ਇਹ ਸਮਾਣੇ ਉੱਤੇ ਚੜ੍ਹਾਈ ਕਰਕੇ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਸਮਾਣੇ ਉੱਤੇ ਕਬਜ਼ਾ ਕਰਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸ਼ਗੜ ਅਤੇ ਹੋਰ ਜਿੰਨੇ ਵੀ ਉਹਨਾਂ ਮੁਸਲਮਾਨਾਂ ਦੇ ਅਧੀਨ ਇਲਾਕੇ ਸਨ ਉਹਨਾਂ ਨੂੰ ਆਪਣੇ ਅਧੀਨ ਕੀਤਾ। ਜਿਸ ਤਰ੍ਹਾਂ ਕੁੜਾਮ ਹੈ, ਮੁਸਤਫਾਬਾਦ ਹੈ, ਇਹਨਾਂ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਜਦੋਂ ਇੱਥੇ ਕਬਜ਼ਾ ਹੋਇਆ ਤਾਂ ਇੱਕ ਕਪੂਰੀ ਨਾਮ ਦਾ ਪਿੰਡ ਹੈ, ਇੱਕ ਨਗਰ ਹੈ, ਉੱਥੋਂ ਦਾ ਜਿਹੜਾ ਹਾਕਮ ਸੀ ਕਦਮੁਦੀਨ, ਉਹ ਬੜਾ ਜ਼ਾਲਮ ਸੀ। ਜਿਹੜੀ ਬੱਚੀ ਡੋਲਾ ਚੜ ਕੇ ਆਉਂਦੀ ਸੀ ਉਹ ਸਭ ਤੋਂ ਪਹਿਲਾਂ ਉਹਦੇ ਮਹਿਲਾਂ ਵਿੱਚ ਭੇਜੀ ਜਾਂਦੀ ਸੀ ਅਤੇ ਫਿਰ
ਜਿਹੜੇ ਡੋਲਾ ਲੈ ਕੇ ਆਉਂਦੇ ਸਨ ਸਹੁਰਾ ਪਰਿਵਾਰ, ਫਿਰ ਉਹਨਾਂ ਦੇ ਘਰ ਵਿੱਚ ਬੱਚੀ ਜਾਂਦੀ ਸੀ। ਇੰਨੀ ਅਤਿਆਚਾਰ ਕੀਤੀ ਹੋਈ ਸੀ, ਲੋਕ ਤਰ੍ਹਾਂ ਤਰ੍ਹਾਂ ਕਰਦੇ ਸੀ। ਉੱਥੋਂ ਦੇ ਲੋਕਾਂ ਨੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਫਰਿਆਦ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨੂੰ ਮੌਤ ਦੇ ਘਾਟ ਉਤਾਰਿਆ, ਲੋਕਾਂ ਨੇ ਸੁੱਖ ਦਾ ਸਾਹ ਲਿਆ। ਕਪੂਰੀ ਤੋਂ ਅੱਗੇ ਫਿਰ ਸਢੌਰੇ ਵੱਲ ਨੂੰ ਰੁੱਖ ਕੀਤਾ। ਸਢੌਰਾ ਉਹ ਹੈ ਜਿੱਥੋਂ ਦੇ ਉਹ ਪੀਰ ਬੁੱਧੂ ਸ਼ਾਹ ਸਨ, ਜਿਨ੍ਹਾਂ ਨੇ ਭਗਾਣੀ ਦੇ ਜੰਗ ਵਿੱਚ 700 ਮਰੀਦ ਭੇਜ ਕੇ ਆਪਣੇ ਪੁੱਤਰ ਭਰਾ ਭਤੀਜੇ ਭੇਜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਕੀਤੀ ਸੀ। ਇੱਥੋਂ ਦਾ ਅਹਿਲਕਾਰ ਉਸਮਾਨ ਖਾਨ, ਉਹਨੇ ਪੀਰ ਬੁੱਧੂ ਸ਼ਾਹ ਨੂੰ ਧਰਤੀ ਦੇ ਵਿੱਚ ਟੋਆ ਪੁੱਟ ਕੇ ਗੱਡ ਕੇ ਸਿਰ 'ਤੇ ਧੌਣ ਡੰਗੀ ਰੱਖ ਕੇ ਉਹਦੇ ਉੱਤੇ ਦਹੀਂ ਅਤੇ ਗੁੜ ਪਾ ਕੇ ਕੁੱਤੇ ਛੱਡ ਕੇ ਪੀਰ ਜੀ ਨੂੰ ਉਹਨਾਂ ਕੁੱਤਿਆਂ ਤੋਂ ਪੀਰ ਦੀਆਂ ਬੋਟੀਆਂ ਤੜਵਾ ਕੇ ਸ਼ਹੀਦ ਕੀਤਾ ਸੀ। ਇਹ ਗੱਲ ਸਿੱਖ ਕਿੱਦਾਂ ਸਹਿਣ ਕਰ ਸਕਦੇ ਸਨ? ਉਸ ਉਸਮਾਨ ਖਾਨ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ। ਬਹੁਤ ਜ਼ਿਆਦਾ ਅਹਿਲਕਾਰ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਵੜ ਗਏ, ਕਿਉਂਕਿ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਡੇਰਾ ਲਾਇਆ ਹੋਇਆ ਸੀ ਅਤੇ ਇੱਥੇ ਇੱਕ ਘਟਨਾ ਵਾਪਰੀ। ਸਿੰਘ ਬਾਹਰ ਆਪਣੇ ਘੋੜਿਆਂ ਨੂੰ ਚਾਰ ਰਹੇ ਸਨ, ਖੁੱਲ੍ਹੇ ਥਾਂ ਦੇ ਉੱਤੇ ਕੋਈ ਖਰਖਰਾ ਕਰ ਰਿਹਾ ਸੀ। ਇੱਕ ਮਨੁੱਖ ਊਠ ਲਈ ਜਾਂਦਾ ਸੀ ਅਤੇ ਊਠ ਕਿਸੇ ਕਿਸਾਨ ਦੀ ਪੈਲੀ ਵਿੱਚ ਵੜ ਗਿਆ। ਕਿਸਾਨ ਨੇ ਉਸੇ ਆਦਮੀ ਤੋਂ ਇੱਕ ਵਾਂਸ ਨੁਮਾ ਡੰਡਾ, ਜਿੱਦਾਂ ਬੈਂਤ ਹੁੰਦਾ ਅੰਦਰੋਂ ਖਾਲੀ, ਉਹ ਖੋਹ ਕੇ ਊਠ ਦੇ ਮਾਰਿਆ ਅਤੇ ਉਹ ਵਾਂਸ ਟੁੱਟ ਗਿਆ। ਜਿੱਥੋਂ ਟੁੱਟਿਆ ਉਹਦੇ ਵਿੱਚੋਂ ਇੱਕ ਕਾਗਜ਼ ਦਾ ਟੁਕੜਾ ਨਿਕਲਿਆ। ਸਿੱਖ ਵੇਖ ਰਹੇ ਸਨ, ਉਹ ਕਾਗਜ਼ ਦਾ ਟੁਕੜਾ ਜਦੋਂ ਸਿੱਖਾਂ ਨੇ ਪੜ੍ਹਿਆ ਅਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਲਿਆ ਕੇ ਸਾਹਮਣੇ ਰੱਖਿਆ। ਉਹਦੇ ਵਿੱਚ ਇੱਥੋਂ ਦੇ ਕੁਝ ਅਹਿਲਕਾਰਾਂ ਨੇ ਲਿਖਿਆ ਹੋਇਆ ਸੂਬੇ ਸਰਹੰਦ ਨੂੰ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਸੁਣਾਈਏ, ਇਹਦਾ ਮਨ ਬੜਾ ਲੱਗਦਾ, ਅਸੀਂ ਇਹਨੂੰ ਗੱਲਾਂ ਵਿੱਚ ਲਾ ਕੇ ਰੱਖਦੇ, ਤੁਸੀਂ ਹਮਲਾ ਕਰ ਦਿਓ ਅਤੇ ਇੱਥੇ ਕੰਮ ਖਤਮ ਕਰ ਦਈਏ। ਪੁੱਛਿਆ ਗਿਆ, ਚਿੱਠੀ ਕਿੰਨੇ ਲਿਖੀ, ਕੋਈ ਦੱਸੇ ਨਾ। ਕਹਿਣ ਲੱਗੇ, ਚਲੋ ਜਿਹਦਾ ਵੀ ਕਸੂਰ ਹੈ, ਤੁਸੀਂ ਜੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਵੜ ਜਾਓਗੇ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਸਾਰੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਦਾਖਲ ਹੋ ਗਏ, ਉੱਥੋਂ ਕੱਢ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਕਿ ਜੇ ਅਸੀਂ ਅੱਗੇ ਚਲੇ ਗਏ ਤੁਸੀਂ ਫਿਰ ਨਗਰ ਵਾਸੀਆਂ ਨੂੰ ਤੰਗ ਕਰੋਗੇ। ਇਸ ਤਰ੍ਹਾਂ ਜਦੋਂ ਮਾਝੇ ਦੇ ਲੋਕਾਂ ਨੂੰ ਪਤਾ ਲੱਗਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ, ਬਹੁਤ ਵੱਡੀ ਫੌਜ ਤਿਆਰ ਹੋਈ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਮਿਲਣ ਲਈ, ਅਤੇ ਸੂਬੇ ਸਰਹੰਦ ਨੇ ਮਲੇਰਕੋਟਲਾ ਦੇ ਨਵਾਬ ਉਹਨੂੰ ਆਖਿਆ ਕਿ ਸ਼ੇਰ ਮੁਹੰਮਦ ਖਾਨ ਨੂੰ ਵੀ ਤੂੰ ਇਹਨਾਂ ਫੌਜਾਂ ਨੂੰ, ਇਹਨਾਂ ਸਿੱਖਾਂ ਨੂੰ ਰੋਕ, ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਨਾ ਮਿਲਣ, ਸਤਲੁਜ ਦੇ ਕੰਢੇ 'ਤੇ ਬੈਲੋਲ ਨਗਰ ਵਿਖੇ ਸਿੱਖਾਂ ਵਿੱਚ ਅਤੇ ਇਹਨਾਂ ਹਾਕਮਾਂ ਦੇ ਵਿੱਚ ਲੜਾਈ ਹੋਈ ਹੈ, ਜਿਹਦੇ ਵਿੱਚ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਦੇ ਭਰਾ ਖਿਜਰ ਖਾਨ ਨੂੰ ਗੋਲੀ ਲੱਗੀ, ਉਹ ਮੌਤ ਦੇ ਘਾਟ ਉਤਰ ਗਿਆ। ਉਹਦੇ ਪੁੱਤਰ ਉਹਦੀ ਲਾਸ਼ ਚੁੱਕਣ ਵਾਸਤੇ ਅੱਗੇ ਵਧੇ, ਉਹ ਵੀ ਮੌਤ ਦੇ ਘਾਟ ਉਤਾਰ ਦਿੱਤੇ ਸਿੰਘਾਂ ਨੇ। ਇਹ ਜੰਗ ਸਿੰਘ ਜਿੱਤੇ ਬਿਨਾਂ ਕਿਸੇ ਕਮਾਂਡਰ ਦੇ। ਅਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਆਏ
ਇੱਕ ਬੰਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਫੌਜ ਜਿਹੜੀ ਪਹਿਲਾਂ ਨਾਲ ਹੈ, ਦੂਜੇ ਬੰਨੇ ਮਾਝੇ ਦੇ ਸਿੰਘ ਆ ਰਹੇ ਨੇ, ਅਤੇ ਦੋਵਾਂ ਬੰਨਿਓਂ ਜਕਾਰਿਆਂ ਦੀ ਗੂੰਜ, ਅਤੇ ਉਹ ਜਿਹੜਾ ਮਾਹੌਲ ਸੀ ਬੜਾ ਸੋਹਣਾ ਬਣ ਗਿਆ, ਇੱਕ ਤਾਕਤ ਵੀ ਵੱਧ ਗਈ। ਇੱਥੇ ਫਿਰ ਫੈਸਲਾ ਕੀਤਾ ਗਿਆ ਕਿ ਹੁਣ ਆਪਾਂ ਸਰਹੰਦ ਦੇ ਉੱਤੇ ਹਮਲਾ ਕਰਨਾ ਹੈ, ਕਿਉਂਕਿ ਇੱਕ ਸੂਈਆ ਜਿਹੜਾ ਸੂਹ ਲੈਣ ਲਈ ਭੇਜਿਆ ਸੀ ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਚਿੱਠੀ ਦੇ ਕੇ ਪਹਿਲਾਂ ਹੀ ਭੇਜ ਦਿੱਤਾ ਸੀ, ਉਹਦੀ ਜਾਨ ਬਖਸ਼ ਦਿੱਤੀ ਸੀ, ਆਖਿਆ ਜਾ ਸੂਬੇ ਸਰਹੰਦ ਨੂੰ ਕਹਿ ਦੇ ਕਿ ਤੇਰੀ ਮੌਤ ਨੇੜੇ ਆ ਗਈ ਹੈ, ਆਪਣੇ ਜ਼ਿੰਦਗੀ ਦੇ ਦਿਨ ਗਿਣ ਲਏ। ਹੁਣ ਸੂਬੇ ਸਰਹੰਦ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਸੀ। ਇੱਧਰ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੀ ਪੂਰੀ ਤਿਆਰੀ ਹੈ ਪਰ ਫੌਜ ਥੋੜ੍ਹੀ ਹੈ, ਹੌਂਸਲੇ ਬੁਲੰਦ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜੇ ਗਿਣੀਏ ਤਾਂ ਸੂਬੇ ਸਰਹੰਦ ਦੀ ਜਿਹੜੀ ਫੌਜ ਹੈ ਉਹ ਬਹੁਤ ਵੱਡੀ ਹੈ, ਪਰ ਫਿਰ ਵੀ ਜਦੋਂ ਜੰਗ ਦੇ ਮੈਦਾਨ ਵਿੱਚ ਸਾਹਮਣਾ ਹੋਇਆ ਤਾਂ ਸਿੰਘਾਂ ਨੇ ਇਹਨਾਂ ਮੁਗਲਾਂ ਦੇ ਆਹੂ ਲਾਹ ਦਿੱਤੇ। ਸੂਬਾ ਸਰਹੰਦ ਪਹਿਲਾਂ ਹਾਥੀ 'ਤੇ ਚੜ੍ਹਿਆ, ਫਿਰ ਘੋੜੇ 'ਤੇ ਚੜ੍ਹ ਕੇ ਲੜਦਾ ਰਿਹਾ। ਇੱਕ ਉਹਨੇ ਨੇਜਾ ਭਾਈ ਬਾਜ ਸਿੰਘ ਵੱਲ ਨੂੰ ਮਾਰਿਆ, ਭਾਈ ਬਾਜ ਸਿੰਘ ਨੇ ਫੁਰਤੀ ਨਾਲ ਆਪਣਾ ਬਚਾਅ ਕਰਕੇ ਉਸ ਨੇਜੇ ਨੂੰ ਪਕੜ ਕੇ ਸੂਬੇ ਸਰਹੰਦ ਵੱਲ ਮਾਰਿਆ, ਜਿਹੜਾ ਘੋੜੇ ਦੇ ਮੱਥੇ ਵਿੱਚ ਵੱਜਾ ਅਤੇ ਸੂਬਾ ਸਰਹੰਦ ਜ਼ਮੀਨ 'ਤੇ ਡਿੱਗ ਪਿਆ। ਹੁਣ ਤਲਵਾਰਾਂ ਦੇ ਨਾਲ ਜ਼ਮੀਨੀ ਲੜਾਈ ਹੋਣ ਲੱਗੀ ਹੈ। ਉਹਨੇ ਇੱਕ ਤੀਰ ਭਾਈ ਬਾਜ ਸਿੰਘ ਦੀ ਬਾਂਹ ਵਿੱਚ ਮਾਰਿਆ ਸੀ, ਅਤੇ ਹੋ ਸਕਦਾ ਹੈ ਕਿ ਤਲਵਾਰ ਦਾ ਵਾਰ ਕਰਕੇ ਭਾਈ ਬਾਜ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੰਦਾ। ਭਾਈ ਫਤਿਹ ਸਿੰਘ ਉਹ ਬਿਜਲੀ ਵਾਂਗ ਫੁਰਤੀ ਦੇ ਨਾਲ ਛਾਲ ਮਾਰ ਕੇ ਆਏ ਅਤੇ ਸੂਬੇ ਸਰਹੰਦ ਦੇ ਉੱਤੇ ਐਸਾ ਵਾਰ ਕੀਤਾ ਸ਼੍ਰੀ ਸਾਹਿਬ ਦਾ ਕਿ ਉਹਦਾ ਮੋਢੇ ਤੋਂ ਲੈ ਕੇ ਧੁੰਨੀ ਤੱਕ ਜਿਹੜਾ ਧੜ ਸੀ ਉਹ ਕੱਟਿਆ ਗਿਆ। ਜਿੱਦਾਂ ਟੇਢਾ ਇੱਕ ਬ੍ਰਾਹਮਣ ਜਨੇਊ ਪਾਉਂਦਾ ਏ, ਇੱਦਾਂ ਜਨੇਊ ਕੱਟ ਲੱਗਾ, ਧਰਤੀ 'ਤੇ ਡਿੱਗ ਪਿਆ ਅਤੇ ਪ੍ਰਾਣ ਨਾਸ ਹੋ ਗਏ। ਕੁਝ ਸਰੋਤ ਕਹਿੰਦੇ ਨੇ ਕਿ ਇੱਥੇ ਸੂਬੇ ਸਰਹੰਦ ਦੀ ਫੌਜ ਦੇ ਵਿੱਚ ਇੱਕ ਸਲੌਦੀ ਦੇ ਰਹਿਣ ਵਾਲੇ ਭਾਈ ਆਲੀ ਸਿੰਘ ਮਾਲੀ ਸਿੰਘ ਸਨ, ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਆਉਣਾ ਸੁਣ ਕੇ ਸੂਬੇ ਸਰਹੰਦ ਨੇ ਮਜ਼ਾਕ ਕੀਤਾ ਸੀ ਕਿ ਮੈਂ ਸੁਣਿਆ ਕਿ ਤੁਹਾਡਾ ਜਰਨੈਲ ਬੰਦਾ ਸਿੰਘ ਆ ਰਿਹਾ ਹੈ, ਜਿਸ ਤਰ੍ਹਾਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੋਹੇ ਦੇ ਚਣੇ ਚਬਾਏ ਨੇ, ਇੱਦਾਂ ਬੰਦਾ ਸਿੰਘ ਬਹਾਦਰ ਨੂੰ ਵੀ ਲੋਹੇ ਦੇ ਚਣੇ ਚਬਾਵਾਂਗਾ, ਅਤੇ ਮੈਂ ਉਹਦੀਆਂ ਹੱਡੀਆਂ ਦਾ ਚੂਰਾ ਬਣਾ ਕੇ ਸਰਹੰਦ ਦੀਆਂ ਗਲੀਆਂ ਵਿੱਚ ਖਲਾਰਾਂਗਾ। ਇਹ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੋਵਾਂ ਭਰਾਵਾਂ ਨੇ ਸੂਬੇ ਸਰਹੰਦ ਦੀ ਕੈਦ ਵਿੱਚੋਂ ਛੁੱਟ ਕੇ ਆਣ ਕੇ ਦੱਸੀ ਸੀ, ਨਾਲੇ ਸਾਰੇ ਖੁਫੀਆ ਢੰਗ ਤਰੀਕੇ ਦੱਸੇ ਵੀ ਆਪਾਂ ਕਿਸ ਤਰ੍ਹਾਂ ਸਰਹੰਦ ਤੱਕ ਪਹੁੰਚਣਾ ਹੈ। ਹੁਣ ਜਦੋਂ ਸੂਬੇ ਸਰਹੰਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਕੁਝ ਸਰੋਤ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਗੱਲਾਂ ਯਾਦ ਆਈਆਂ, ਉਹਨੇ ਬੈਲ ਮੰਗਾ ਕੇ ਸੂਬੇ ਸਰਹੰਦ ਦਾ ਜਿਹੜਾ ਸਰੀਰ ਸੀ ਬੈਲਾਂ ਦੇ ਮਗਰ ਪਵਾ ਕੇ ਸਰਹੰਦ ਦੀ ਗਲੀਆਂ ਦੇ ਵਿੱਚ ਫੇਰ ਕੇ ਉਹਦਾ ਜਲੂਸ ਕੱਢਿਆ, ਫਿਰ ਇੱਕ ਦਰਖਤ ਦੇ ਨਾਲ ਟੰਗ ਦਿੱਤਾ। ਕਿਸੇ ਸਿਆਣੀ ਪੁਰਸ਼ ਨੇ ਆਖਿਆ ਵੀ ਜੇ ਤੁਸੀਂ ਇੱਦਾਂ ਕਰੋਗੇ ਫਿਰ ਸੂਬੇ ਸਰਹੰਦ ਅਤੇ ਤੁਹਾਡੇ ਵਿੱਚ ਕੀ ਫਰਕ ਰਿਹਾ।
ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸੋਚਿਆ ਜਿੱਥੇ ਸਾਹਿਬਜ਼ਾਦਿਆਂ ਦਾ ਖੂਨ ਡੁੱਲ ਕੇ ਇਹ ਧਰਤੀ ਪਵਿੱਤਰ ਹੋਈ ਹੈ, ਉਸ ਧਰਤੀ 'ਤੇ ਇਸ ਪਾਪੀ ਦੀਆਂ ਬੋਟੀਆਂ ਨਹੀਂ ਖਿਲਰਨੀਆਂ ਚਾਹੀਦੀਆਂ। ਫਿਰ ਉਸ ਰੁੱਖ ਨਾਲੋਂ ਉਹਦੀ ਲਾਸ਼ ਉਤਰਵਾ ਦਿੱਤੀ ਸੀ। ਸੁੱਚਾ ਆਨੰਦ ਨੂੰ ਸਿੰਘਾਂ ਨੇ ਨਕੇਲ ਪਾ ਲਈ, ਘਰ ਘਰ ਦੇ ਵਿੱਚੋਂ ਭੀਖ ਮੰਗਾਈ, ਅਤੇ ਜਦੋਂ ਭੀਖ ਮੰਗਣ ਜਾਂਦਾ ਲੋਕ ਭੀਖ 'ਤੇ ਨਾ ਦਿੰਦੇ, ਉਹਦੇ ਇੱਟੇ ਵੱਟੇ ਪੱਥਰਾਂ ਅਤੇ ਛਿੱਤਰਾਂ ਦੇ ਨਾਲ ਉਹਨੂੰ ਮਾਰ ਮਾਰਦੇ। ਇਸ ਤਰ੍ਹਾਂ ਮਾਰ ਖਾਂਦਾ ਹੋਇਆ ਸੁੱਚਾ ਆਨੰਦ ਮੌਤ ਦੇ ਘਾਟ ਉਤਰ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਤੇ ਕਬਜ਼ਾ ਕੀਤਾ, ਇੱਟ ਨਾਲ ਇੱਟ ਖੜਕਾਈ ਸਰਹੰਦ ਦੀ। ਜਿਹੜੇ ਜ਼ਿਮੀਂਦਾਰ ਸਨ ਉਹਨਾਂ ਨੂੰ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਵਾਈਆਂ। ਇਹਨਾਂ ਕਿਰਤੀਆਂ ਨੂੰ, ਇਹਨਾਂ ਕੰਮ ਕਰਨ ਵਾਲਿਆਂ ਨੂੰ ਜੇ ਮਾਲਕ ਬਣਾਇਆ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ। ਸਹਾਰਨਪੁਰ, ਜਲਾਲਾਬਾਦ ਆਦਿ ਨੂੰ ਜਿੱਤ ਕੇ ਬਟਾਲੇ ਅਤੇ ਪਠਾਨਕੋਟ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਪ੍ਰਾਪਤ ਕੀਤੀ ਹੈ, ਇਹ ਇਲਾਕਾ ਆਪਣੇ ਅਧੀਨ ਕੀਤਾ ਹੈ। ਅਤੇ ਉਸ ਤੋਂ ਬਾਅਦ ਜਦੋਂ 1712 ਨੂੰ ਬਹਾਦਰ ਸ਼ਾਹ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਫਕਸ਼ੀਅਰ ਉਹ ਰਾਜਗੱਦੀ 'ਤੇ ਬਹਿੰਦਾ ਅਤੇ ਉਹ ਕਸਮ ਖਾਂਦਾ ਵੀ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਆਂਗਾ। ਬਹੁਤ ਸਾਰੀ ਫੌਜ ਹੋਰ ਭੇਜਦਾ, ਦਿੱਲੀ ਤੋਂ, ਲਾਹੌਰ ਤੋਂ ਅਬਦੁਲ ਸਮਦ ਖਾਂ ਉਹ ਫੌਜ ਲੈ ਕੇ ਆਉਂਦਾ। ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਦੇ ਜਿਹੜੇ ਸਾਥੀ ਨੇ ਉਹ ਘੇਰੇ ਜਾਂਦੇ ਨੇ। ਹੁਣ ਘੇਰਾ ਜਿਹੜਾ ਸੀ ਉਹ 8 ਮਹੀਨੇ ਪਿਆ ਰਿਹਾ। ਕੁਝ ਸਮਾਂ 'ਤੇ ਸਿੰਘ ਵਿੱਚੋਂ ਨਿਕਲ ਕੇ ਘੋੜਿਆਂ ਵਾਸਤੇ ਘਾਹ ਪੱਠਾ ਅਤੇ ਆਪਣੇ ਵਾਸਤੇ ਰਸਤ ਪਾਣੀ ਲੈ ਜਾਂਦੇ ਰਹੇ, ਪਰ ਘੇਰਾ ਸਖਤ ਕਰ ਦਿੱਤਾ ਗਿਆ, ਅੰਦਰ ਖਾਣ ਨੂੰ ਕੁਝ ਰਿਹਾ ਨਾ। ਜੇ ਕੋਈ ਅੰਦਰੋਂ ਪੰਛੀ ਵੀ ਉੱਡਦਾ ਹੈ ਉਹਨੂੰ ਵੀ ਤੀਰ ਦਾ ਨਿਸ਼ਾਨਾ ਬਣਾਇਆ ਜਾਂਦਾ। ਉਹਨਾਂ ਦਾ ਇਹ ਮੰਨਣਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਕਰਾਮਾਤੀ ਹੈ, ਕਿਤੇ ਪੰਛੀ ਬਣ ਕੇ ਨਾ ਉੱਡ ਜਾਵੇ। ਉਹ ਦਰਵਾਜ਼ੇ ਦੇ ਨੇੜੇ ਵੀ ਨਹੀਂ ਸਨ ਆਉਂਦੇ ਅਤੇ ਜਦੋਂ 8 ਮਹੀਨੇ ਘੇਰਾ ਪਿਆ ਰਿਹਾ, ਸਿੰਘ ਭੁੱਖਣ ਭਾਣੇ ਅੰਦਰ ਸ਼ਹੀਦ ਹੋ ਗਏ। ਇਸ ਤੋਂ ਪਹਿਲਾਂ ਬਾਬਾ ਵਿਨੋਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਵੀ ਗੜੀ ਨੂੰ ਛੱਡ ਕੇ ਇਹਨਾਂ ਦਾ ਮੁਕਾਬਲਾ ਕਰਦਾ ਹੋਏ ਨਿਕਲ ਜਾਣਾ ਚਾਹੀਦਾ। ਬਾਬਾ ਬੰਦਾ ਸਿੰਘ ਬਹਾਦਰ ਨਾ ਮੰਨੇ, ਆਪਸ ਵਿੱਚ ਬਹਿਸ ਹੋਈ। ਉਸ ਵੇਲੇ ਭਾਈ ਕਾਹਨ ਸਿੰਘ ਨੇ ਆਖਿਆ, ਜਿਹੜਾ ਜਾਣਾ ਚਾਹੁੰਦਾ ਚਲੇ ਜੇ, ਜਿਹੜਾ ਰਹਿਣਾ ਚਾਹੁੰਦਾ ਰਹਿ ਜਾਵੇ। ਬਾਬਾ ਵਿਨੋਦ ਸਿੰਘ ਅੱਧੀ ਫੌਜ ਲੈ ਕੇ ਚਲੇ ਗਏ, ਅੱਧੀ ਫੌਜ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਅੰਦਰ ਨੇ। ਭੁੱਖੇ ਭਾਣੇ ਸਿੰਘਾਂ ਦਾ ਸਰੀਰ ਨਿਟਾਲ ਹੋ ਗਿਆ, ਪਰ ਕਿਹਾ ਜਾਂਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ 'ਤੇ ਉਹੀ ਲਾਲੀ ਸੀ। ਸਰੀਰ ਭਾਵੇਂ ਕਮਜ਼ੋਰ ਹੋ ਗਏ ਨੇ ਸਿੰਘਾਂ ਦੇ, ਹੌਂਸਲੇ ਬੁਲੰਦ ਨੇ। ਅਖੀਰ ਗੜੀ ਦਾ ਦਰਵਾਜ਼ਾ ਖੋਲ੍ਹਿਆ ਗਿਆ, ਸਿੰਘਾਂ ਨੂੰ ਬੰਦੀ ਬਣਾਇਆ ਗਿਆ, ਲਾਹੌਰ ਲੈ ਕੇ ਗਏ ਅਤੇ ਉੱਥੋਂ ਜ਼ਕਰੀਆ ਖਾਨ ਦੀ ਡਿਊਟੀ ਲੱਗੀ ਕਿ ਇਹਨਾਂ ਸਾਰੇ ਸਿੰਘਾਂ ਨੂੰ ਦਿੱਲੀ ਲਿਜਾਇਆ ਜਾਵੇ। ਹੁਣ ਜ਼ਕਰੀਆ ਖਾਨ ਨੇ ਸੋਚਿਆ ਵੀ ਸਿੰਘ ਬੜੇ ਥੋੜ੍ਹੇ ਨੇ ਅਤੇ ਜਾ ਕੇ ਕੀ ਮੈਂ ਬਾਦਸ਼ਾਹ ਨੂੰ ਮੂੰਹ ਮਖਾਵਾਂਗਾ ਵੀ ਇੰਨੇ ਕੁ ਸਿੰਘ ਜਿਹੜੇ 8 ਮਹੀਨੇ ਅਸੀਂ ਘੇਰਾਬੰਦੀ ਕਰਕੇ ਅਤੇ ਉਹਨਾਂ ਨੂੰ ਪਕੜ ਨਾ ਸਕੇ। ਉਹਨੇ ਰਸਤੇ ਵਿੱਚ ਜਿਹੜਾ ਵੀ ਨੌਜਵਾਨ ਮਿਲਿਆ ਉਹਦਾ ਸਿਰ ਕਲਮ ਕਰ ਲਿਆ,
ਇੱਥੋਂ ਤੱਕ ਕਿ ਜੇ ਨੌਜਵਾਨ ਬੱਚੀ ਮਿਲੀ ਉਹਦਾ ਵੀ ਸਿਰ ਧੜ ਨਾਲੋਂ ਅਲੱਗ ਕਰਕੇ ਇਹ ਦਰਸਾਇਆ ਵੀ ਇਹ ਨੌਜਵਾਨ ਮੁੱਛਪੁੱਟ ਗੱਭਰੂ ਹੈ, ਇਹ ਮੁਕਾਬਲਾ ਕਰਨ ਆਇਆ ਸੀ, ਇਹਦਾ ਸਿਰ ਕਲਮ ਕੀਤਾ ਗਿਆ। 700 ਸਿਰਾਂ ਦੇ ਗੱਡੇ ਭਰੇ ਗਏ ਜਿਹੜੇ ਦਿੱਲੀ ਵੱਲ ਨੂੰ ਚੱਲੇ ਹਨ, ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਦੇ ਉੱਤੇ ਇੱਕ ਪਿੰਜਰੇ ਵਿੱਚ ਜਕੜਿਆ ਹੋਇਆ, ਇੱਕ ਸਿਪਾਹੀ ਹੱਥ ਵਿੱਚ ਨੰਗੀ ਤਲਵਾਰ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਿਠਾਇਆ ਹੋਇਆ ਹੈ। ਇਸ ਤਰ੍ਹਾਂ ਇਸ ਜਲੂਸ ਦੇ ਰੂਪ ਵਿੱਚ ਦਿੱਲੀ ਵੱਲ ਨੂੰ ਤੁਰੇ, ਅਤੇ ਦਿੱਲੀ ਪਹੁੰਚਣ ਤੋਂ ਬਾਅਦ ਦਿੱਲੀ ਦੇ ਬਾਅਦ ਜੋ ਅਗਰਾਬਾਦ ਦਾ ਇਲਾਕਾ ਹੈ, ਇਹ ਇਲਾਕਾ ਜਿਹਨੂੰ ਹੁਣ ਆਪਾਂ ਸ਼ਾਲੀਮਾਰ ਬਾਗ ਕਹਿੰਦੇ ਹਾਂ, ਉਹਦੇ ਅੰਦਰ ਬਹੁਤ ਵੱਡੀ ਪਾਰਕ ਹੈ। ਡਾਕਟਰ ਹਰਬੰਸ ਕੌਰ ਸੱਗੂ ਜੀ ਲਿਖਦੇ ਨੇ ਕਿ ਜਦੋਂ ਪੰਜਾਬ ਤੋਂ ਕੋਈ ਅਹਿਲਕਾਰ ਆਉਂਦਾ ਸੀ ਉਹ ਇੱਥੇ ਆਰਾਮ ਕਰਦਾ ਸੀ, ਫਿਰ ਅੱਗੇ ਆਗਰੇ ਵੱਲ ਨੂੰ ਜਾਂਦਾ ਸੀ। ਜੇ ਕੋਈ ਆਗਰੇ ਤੋਂ ਆਉਂਦਾ ਸੀ ਇੱਥੇ ਆਰਾਮ ਕਰਕੇ ਫਿਰ ਪੰਜਾਬ ਵੱਲ ਨੂੰ ਜਾਂਦਾ ਸੀ। ਇੱਥੋਂ ਫਿਰ ਜਿਹੜਾ ਇਹ ਜਲੂਸ ਹੈ ਇਹਦੀ ਕੁਝ ਸ਼ਕਲ ਨੂੰ ਹੋਰ ਰੰਗਤ ਦਿੱਤੀ ਗਈ ਹੈ। ਭੇਡਾਂ ਦੀਆਂ ਖੱਲ ਦੀਆਂ ਬਣੀਆਂ ਹੋਈਆਂ ਟੋਪੀਆਂ ਸਿੰਘਾਂ ਦੇ ਸਿਰਾਂ ਦੇ ਉੱਤੇ ਪਾਈਆਂ ਗਈਆਂ ਨੇ। 2000 ਸਿੰਘਾਂ ਦੇ ਸੀਸ ਨੇਜਿਆਂ ਉੱਤੇ ਟੰਗੇ ਹੋਏ ਨੇ। 740 ਜਿਹੜੇ ਸਿੰਘ ਊਠਾਂ ਦੇ ਉੱਤੇ ਦੋ ਦੋ ਬੰਦੀ ਬਣਾ ਕੇ ਬੰਨੇ ਹੋਏ ਨੇ। ਜਿਹੜੇ 2000 ਸਿੰਘਾਂ ਦੇ ਸੀਸ ਨੇਜਿਆਂ 'ਤੇ ਟੰਗੇ ਹੋਏ ਨੇ ਉਹਨਾਂ ਵਿੱਚ ਇੱਕ ਉੱਚੇ ਨੇਜੇ ਉੱਤੇ ਕਾਲੇ ਰੰਗ ਦੀ ਬਿੱਲੀ ਮਾਰ ਕੇ ਵੀ ਟੰਗੀ ਹੋਈ ਹੈ। ਇਹ ਦਰਸਾਉਣ ਵਾਸਤੇ ਕਿ ਗੁਰਦਾਸ ਨੰਗਲ ਦੀ ਗੜੀ ਵਿੱਚ ਜੇ ਬਿੱਲੀ ਵੀ ਸਾਨੂੰ ਮਿਲੀ ਤਾਂ ਅਸੀਂ ਉਹਨੂੰ ਵੀ ਜਿਉਂਦਾ ਨਹੀਂ ਛੱਡਿਆ। ਇਸ ਤਰ੍ਹਾਂ ਇਹ ਅਗਰਾਬਾਦ ਤੋਂ ਜਲੂਸ ਆਰੰਭ ਹੋਇਆ ਅਤੇ GT ਕਰਨਾਲ ਰੋਡ ਤੋਂ ਜੋ ਸੰਗਮ ਪਾਰਕ ਸਾਵਣ ਪਾਰਕ ਹੈ ਇੱਥੇ ਵੀ ਕੁਝ ਨਿਸ਼ਾਨੀਆਂ ਹੈ। ਇੱਥੋਂ ਹੁੰਦਾ ਹੋਇਆ ਜਿਹੜਾ ਇਹ ਸਿੰਘਾਂ ਦਾ ਜਲੂਸ ਸੀ ਇਹ ਲਾਲ ਕਿਲ੍ਹੇ ਦੇ ਸਾਹਮਣੇ ਆਇਆ ਹੈ। ਲਾਲ ਕਿਲ੍ਹੇ ਦੇ ਸਾਹਮਣੇ ਜਦੋਂ ਸਿੰਘਾਂ ਦਾ ਜਲੂਸ ਆਇਆ ਹੈ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਦੇ ਜਿਹੜੇ ਸਾਥੀ ਸਨ ਬਾਜ ਸਿੰਘ, ਫਤਿਹ ਸਿੰਘ, ਰਾਮ ਸਿੰਘ ਅਤੇ 23 ਹੋਰ ਜਿਹੜੇ ਮੁਖੀ ਸਾਥੀ ਸਨ ਉਹਨਾਂ ਨੂੰ ਤਰਪੋਲੀਆ ਦੇ ਜੇਲ੍ਹ ਖਾਨੇ ਵਿੱਚ ਕੈਦ ਕਰਨ ਵਾਸਤੇ ਮੀਰ ਇਬਰਾਹੀਮ ਉਦੀਨ ਖਾਨ ਦੀ ਡਿਊਟੀ ਲਾਈ ਗਈ। ਇਹ ਜਦੋਂ ਅਸੀਂ ਲਾਲ ਕਿਲ੍ਹੇ ਦੇ ਪਿੱਛੇ ਦੇਖਦੇ ਰਿੰਗ ਰੋਡ ਹੈ ਅਤੇ ਰਿੰਗ ਰੋਡ ਤੋਂ ਅਗਲੇ ਪਾਸੇ ਇੱਕ ਛੋਟਾ ਕਿਲ੍ਹਾ ਜਿਹਨੂੰ ਸਲੀਮਗੜ੍ਹ ਕਹਿੰਦੇ ਨੇ, ਉਹਦੇ ਅੰਦਰ ਇਹ ਤਰਪੋਲੀਆ ਕੈਦਖਾਨਾ ਸੀ। ਉੱਪਰ ਉੱਪਰ ਪੁਲ ਵੀ ਬਣਿਆ ਹੋਇਆ ਲਾਲ ਕਿਲ੍ਹੇ ਤੋਂ ਉਸ ਕਿਲ੍ਹੇ ਵਿੱਚ ਜਾਣ ਵਾਸਤੇ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀਆਂ ਨੂੰ ਕੈਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਸਪਤਨੀ ਬੀਬੀ ਸੁਸ਼ੀਲ ਕੌਰ ਅਤੇ ਬੱਚਾ ਅਜੇ ਸਿੰਘ ਅਤੇ ਇੱਕ ਖਿਡਾਵੀ ਉਹਨਾਂ ਨੂੰ ਸ਼ਾਹੀ ਹਰਮ ਦੇ ਵਿੱਚ ਭੇਜ ਦਿੱਤਾ ਗਿਆ ਹੈ। ਇਹ ਦਰਬਾਰ ਖਾਨ ਦੇ ਹੁਕਮ ਦੇ ਨਾਲ ਸ਼ਾਹੀ ਹਰਮ ਦੇ ਵਿੱਚ ਭੇਜੇ ਗਏ ਹਨ। 740 ਸਿੰਘ ਜਿਹੜੇ ਸਨ ਉਹ ਕੋਤਵਾਲ ਸਰਬਰਾ ਖਾਨ ਦੀ ਅਗਵਾਈ ਦੇ ਵਿੱਚ ਦਿੱਤੇ ਗਏ ਕਿ ਉਹਨੇ ਇਹਨਾਂ ਸਿੰਘਾਂ ਨੂੰ ਮੌਤ ਦੇ ਘਾਟ ਉਤਾਰਨਾ ਹੈ। ਹੁਣ ਰੋਜ਼ 100-100 ਸਿੰਘ ਜਿਹੜੇ ਸਨ ਉਹ ਕਤਲ ਹੋਣੇ ਸ਼ੁਰੂ ਹੋਏ।
ਕੋਈ ਵੀ ਸਿੱਖ ਐਸਾ ਨਹੀਂ ਜਦੋਂ ਸ਼ਰਤ ਰੱਖੀ ਗਈ ਇਸਲਾਮ ਕਬੂਲ ਕਰ ਲਓ ਨਹੀਂ ਤਾਂ ਮੌਤ ਦੇ ਘਾਟ ਉਤਾਰੇ ਜਾਓਗੇ। ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਵੀ ਸਾਥੀ ਨਹੀਂ ਜਿਹਨੇ ਆਖਿਆ ਹੋਵੇ ਕਿ ਮੈਂ ਇਸਲਾਮ ਕਬੂਲ ਕਰਦਾ, ਮੇਰੀ ਜਾਨ ਬਖਸ਼ ਦਿੱਤੀ ਜਾਵੇ। ਇੱਕ ਛੋਟਾ ਬੱਚਾ ਜਿਹੜਾ ਮਜੀਠੇ ਦੇ ਲਾਗੋਂ ਪਕੜ ਕੇ ਲਿਆਂਦਾ ਸੀ, ਉਹਦਾ ਨਵਾਂ ਨਵਾਂ ਵਿਆਹ ਹੋਇਆ ਸੀ, ਉਹਦੀ ਮਾਂ ਪਿੱਛੇ ਆਈ ਅਤੇ ਉਹਨੇ ਆਖਿਆ ਮੇਰਾ ਪੁੱਤਰ ਸਿੱਖ ਨਹੀਂ ਹੈ, ਇਹ ਸਿੱਖਾਂ ਨੇ ਚੱਕ ਕੇ ਲੈ ਆਉਂਦਾ ਸੀ ਅਤੇ ਸਿੱਖਾਂ ਦੇ ਨਾਲ ਹੀ ਗ੍ਰਿਫਤਾਰ ਹੋ ਕੇ ਆ ਗਿਆ। ਹੁਕਮ ਹੋਇਆ ਕਿ ਜੇ ਬੱਚਾ ਕਹਿ ਦੇ ਮੈਂ ਗੁਰੂ ਦਾ ਸਿੱਖ ਨਹੀਂ, ਇਹਨੂੰ ਛੱਡ ਦਿੱਤਾ ਜਾਵੇ। ਉਹ ਮਾਂ ਉਦੋਂ ਉੱਥੇ ਪਹੁੰਚੀ ਜਿੱਥੇ ਕਤਲ ਹੋ ਰਹੇ ਸਨ ਕਿ ਜਦੋਂ ਉਹਨੇ ਆਪਣਾ ਸਿਰ ਰੱਖਿਆ ਹੋਇਆ ਹੈ ਅਤੇ ਜਲਾਦ ਤਲਵਾਰ ਚਲਾਉਣ ਵਾਲਾ ਹੈ, ਮਾਂ ਨੇ ਆਖਿਆ ਰੁਕ ਜਾਓ, ਮੇਰਾ ਬੱਚਾ ਸਿੱਖ ਨਹੀਂ, ਇਹਨੂੰ ਛੱਡ ਦਿੱਤਾ ਜਾਵੇ। ਉਹਨੇ ਆਖਿਆ ਮੇਰੀ ਮਾਂ ਝੂਠ ਬੋਲਦੀ ਹੈ, ਮੈਨੂੰ ਵੀ ਉੱਥੇ ਪਹੁੰਚਾਇਆ ਜਾਵੇ ਜਿੱਥੇ ਮੇਰੇ ਭਰਾ ਪਹੁੰਚ ਗਏ ਨੇ, ਮੈਨੂੰ ਉਹਨਾਂ ਤੋਂ ਵੱਖਰਾ ਨਾ ਕੀਤਾ ਜਾਵੇ, ਮੈਂ ਗੁਰੂ ਦਾ ਸਿੱਖ ਹਾਂ। ਜਲਾਦ ਨੇ ਤਲਵਾਰ ਚਲਾਈ ਅਤੇ ਉਹਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਸੌ ਸੌ ਰੋਜ਼ ਸਿੱਖ ਸ਼ਹੀਦ ਕੀਤੇ ਜਾਂਦੇ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਦੇ ਸਾਥੀਆਂ ਨੂੰ ਜਿੱਥੇ ਗੁਰਦੁਆਰਾ ਬਾਬਾ ਬੰਦਾ ਸਿੰਘ ਮਹਿਰੋਲੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਸਥਾਨ ਗੁਰਦੁਆਰਾ ਬਣਿਆ ਹੋਇਆ, ਅੱਜ ਦੀਵਾਨ ਸੱਜਿਆ ਹੋਇਆ, ਉੱਥੇ ਲਿਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦਿੱਤੇ ਗਏ। ਪਹਿਲਾਂ ਉਹਦੇ ਪੁੱਤਰ ਨੂੰ ਉਹਦੀ ਗੋਦੀ ਵਿੱਚ ਬਿਠਾ ਕੇ ਇੱਕ ਛੁਰਾ ਦੇ ਕੇ ਆਖਿਆ ਕਿ ਆਪਣੇ ਪੁੱਤਰ ਦੇ ਛਾਤੀ ਵਿੱਚ ਛੁਰਾ ਮਾਰ। ਉਹਨੇ ਆਖਿਆ ਇਹ ਤਾਂ ਮੇਰਾ ਪੁੱਤਰ ਹੈ, ਦੁਸ਼ਮਣ ਦਾ ਵੀ ਬੱਚਾ ਹੋਵੇ ਅਤੇ ਛੋਟੇ ਬੱਚੇ ਦੇ ਛਾਤੀ ਵਿੱਚ ਮੈਂ ਕਦੇ ਵੀ ਛੁਰਾ ਨਾ ਮਾਰਾਂ, ਕਿਉਂਕਿ ਸਾਡੇ ਗੁਰੂ ਦਾ ਹੁਕਮ ਹੈ ਬੱਚੇ ਅਤੇ ਬੁੱਢੇ ਅਤੇ ਨਿਹੱਥੇ ਅਤੇ ਡਿੱਗੇ ਹੋਏ ਅਤੇ ਭੱਜੇ ਜਾਂਦੇ ਅਤੇ ਵਾਰ ਨਹੀਂ ਕਰਨਾ। ਉਹਨਾਂ ਨੇ ਬੱਚਾ ਪਕੜ ਕੇ ਬੱਚੇ ਦੇ ਛਾਤੀ ਵਿੱਚ ਛੁਰਾ ਮਾਰਿਆ। ਤੜਪਦਾ ਹੋਇਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ। ਆਖਿਆ ਕੀ ਮਹਿਸੂਸ ਕਰਦੇ ਹੋ? ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਕਿ ਜਦੋਂ ਇੱਕ ਨੌਜਵਾਨ ਉਹ ਆਪਣੀ ਵਿਆਹੁਤਾ ਨੂੰ ਵਿਆਹੁਣ ਵਾਸਤੇ, ਆਪਣੀ ਮੰਗ ਨੂੰ ਵਿਆਹੁਣ ਵਾਸਤੇ ਸਹੁਰੇ ਘਰ ਜਾਂਦਾ ਬਰਾਤ ਲੈ ਕੇ ਅਤੇ ਉਹਦੇ ਮੂੰਹ ਵਿੱਚ ਲੱਡੂ ਪਾਏ ਜਾਂਦੇ ਸਗਣਾਂ ਦੇ, ਮੈਂ ਮਹਿਸੂਸ ਕੀਤਾ ਹੈ ਕਿ ਤੁਸੀਂ ਮੈਨੂੰ ਸਗਣਾਂ ਦੇ ਲੱਡੂ ਖਵਾ ਰਹੇ ਹੋ, ਕਿਉਂਕਿ ਮੈਂ ਮੌਤ ਵਿਆਹੁਣ ਆਇਆ। ਬੱਚੇ ਦੀਆਂ ਆਂਦਰਾਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾਈਆਂ, ਕੀ ਮਹਿਸੂਸ ਕਰਦੇ ਹੋ? ਕਹਿੰਦੇ ਜਦੋਂ ਇੱਕ ਬਾਦਸ਼ਾਹ ਹਾਰ ਜਾਵੇ ਜਿੱਤੇ ਦੇ ਗਲ ਵਿੱਚ ਜਿੱਤ ਦਾ ਸਿਹਰਾ ਪਾਉਂਦਾ, ਮੈਂ ਮਹਿਸੂਸ ਕੀਤਾ ਤੁਸੀਂ ਮੈਨੂੰ ਮੇਰੇ ਅਕੀਦੇ ਤੋਂ ਡਲਾ ਨਹੀਂ ਸਕੇ, ਮੇਰੀ ਜਿੱਤ ਹੋਈ, ਤੁਸੀਂ ਹਾਰ ਗਏ ਹੋ, ਤੁਸੀਂ ਮੇਰੇ ਗਲ ਦੇ ਵਿੱਚ ਜਿੱਤ ਦਾ ਸਿਹਰਾ ਪਾਇਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਕਿਹੜੀ ਮੌਤ ਮਰਨਾ ਚਾਹੁੰਦੇ ਹੋ? ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਜਿਹੋ ਜਿਹਾ ਬੀਜ ਬੀਜੋਗੇ ਉਹੋ ਜਿਹਾ ਵੱਢਣਾ ਪੈਣਾ ਹੈ। ਬਾਦਸ਼ਾਹ ਨੂੰ ਪੁੱਛ ਲਓ ਉਹਨੂੰ ਕਿਹੜੀ ਮੌਤ ਪ੍ਰਵਾਨ ਹੈ, ਜਿਹੜੀ ਮੌਤ ਉਹ ਮਰਨਾ ਚਾਹੁੰਦਾ, ਤੁਸੀਂ ਉਸੇ ਤਰੀਕੇ ਨਾਲ ਮੈਨੂੰ ਸ਼ਹੀਦ ਕਰ ਸਕਦੇ ਹੋ। ਬਾਬਾ ਬੰਦਾ ਸਿੰਘ ਬਹਾਦਰ ਦਾ ਜਮੂਰਾਂ ਦੇ ਨਾਲ, ਉਹ ਵੀ ਗਰਮ ਜਮੂਰਾਂ ਦੇ ਨਾਲ ਮਾਸ ਖਿੱਚਿਆ ਗਿਆ, ਨੋਚਿਆ ਗਿਆ,
ਬਾਬਾ ਬੰਦਾ ਸਿੰਘ ਬਹਾਦਰ ਦੇ ਅੱਖਾਂ ਵਿੱਚ ਗਰਮ ਸਲਾਖਾਂ ਪਾ ਕੇ ਅੱਖਾਂ ਕੱਢ ਦਿੱਤੀਆਂ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰ ਕੱਟ ਦਿੱਤੇ ਗਏ, ਹੱਥ ਕੱਟ ਦਿੱਤੇ ਗਏ। ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਕੁਝ ਸਰੋਤ ਕਹਿੰਦੇ ਨੇ ਉਹਦੇ ਸਾਥੀਆਂ ਨੂੰ ਅਗਲੇ ਦਿਨ ਸ਼ਹੀਦ ਕੀਤਾ। ਉਹਨਾਂ ਦਾ ਮੰਨਣਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਕੋਲ ਬਹੁਤ ਖਜ਼ਾਨਾ ਸੀ, ਇਹਨੇ ਕਿਤੇ ਛੁਪਾਇਆ ਹੋਇਆ ਏ, ਹੋ ਸਕਦਾ ਇਹਦੇ ਸਾਥੀ ਦੱਸ ਦੇਣ, ਦੂਜੀ ਗੱਲ ਹੋ ਸਕਦਾ ਇਸਲਾਮ ਕਬੂਲ ਕਰ ਲੈਣ। ਅਗਲੇ ਦਿਨ ਉਹਨਾਂ ਮਰਜੀਵੜਿਆਂ ਨੇ ਵੀ ਹੱਸ ਹੱਸ ਕੇ ਮੌਤ ਨੂੰ ਗਲ ਦੇ ਨਾਲ ਲਾਇਆ। ਇੱਕ ਵੀ ਸਿੰਘ ਨੇ ਉਹਨਾਂ ਦੀ ਈਣ ਨਹੀਂ ਮੰਨੀ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਏ। ਬੀਬੀ ਸੁਸ਼ੀਲ ਕੌਰ ਨੂੰ ਪਤਾ ਲੱਗਾ, ਉਹਨੇ ਵੀ ਆਪਣੀ ਛਾਤੀ ਵਿੱਚ ਖੰਜਰ ਮਾਰਿਆ ਅਤੇ ਆਪਣਾ ਜ਼ਿੰਦਗੀ ਨੂੰ ਖਤਮ ਕਰ ਲਿਆ, ਕਿਉਂਕਿ ਉਹ ਭਾਫ ਗਈ ਸੀ ਕਿ ਇਹਨਾਂ ਹਾਕਮਾਂ ਦਾ, ਇਹਨਾਂ ਜ਼ਾਲਮਾਂ ਦਾ ਇਰਾਦਾ ਠੀਕ ਨਹੀਂ, ਹੋ ਸਕਦਾ ਇਹ ਮੇਰੀ ਬੇਇੱਜ਼ਤੀ ਵੀ ਕਰਨ। ਉਹ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ, ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਉਹਨਾਂ ਦੀ ਸ਼ਹਾਦਤ ਦਾ ਬਦਲਾ ਲੈਂਦੇ ਹੋਏ ਸਰਹੰਦ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ, ਸਰਹੰਦ ਨੂੰ ਫਤਿਹ ਕੀਤਾ। ਅੱਜ ਉਸ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਹੈ, ਜੋ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਹਿਰੋਲੀ ਵਿਖੇ ਮਨਾਇਆ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ, ਜਿਹੜੇ ਸਿੰਘ ਸ਼ਹਾਦਤ ਦਾ ਜਾਮ ਪੀ ਕੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਏ, ਉਹਨਾਂ ਨੂੰ ਕੋਟਾਨਕੋਟ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਇਹ ਤਿੰਨ ਵਾਰੀ ਆਪਾਂ ਤਾਂ ਕਿਹਾ, ਮਨ ਕਰਕੇ, ਕਰਮਾਂ ਕਰਕੇ, ਬਚਨਾਂ ਕਰਕੇ ਨਮਸਕਾਰ ਹੈ। ਭਗਤ ਕਬੀਰ ਜੀ ਅੱਜ ਦੇ ਸ਼ਬਦ ਵਿੱਚ ਆਖਦੇ ਹਨ, ਪੂਜੋ ਰਾਮ ਏਕ ਹੀ ਦੇਵਾ। ਇੱਕ ਪਰਮਾਤਮਾ ਦੇਵ ਦੀ, ਜਿਹੜਾ ਦੇਵਤਿਆਂ ਦਾ ਦੇਵਤਾ ਹੈ, ਉਹਦੀ ਪੂਜਾ ਕਰੋ, ਉਹਦੇ ਗੁਣ ਗਾਓ, ਉਹਦਾ ਨਾਮ ਜਪੋ, ਸਾਚਾ ਨਾਵਣ ਗੁਰ ਕੀ ਸੇਵਾ। ਕਹਿੰਦੇ ਗੁਰੂ ਦੇ ਦੱਸੇ ਰਸਤੇ 'ਤੇ ਤੁਰਨਾ ਹੀ ਅਸਲੀ ਤੀਰਥ ਇਸ਼ਨਾਨ ਹੈ। ਇਹ ਜਿਹੜੇ ਸ਼ਹੀਦ ਗੁਰੂ ਦੇ ਦੱਸੇ ਰਸਤੇ 'ਤੇ ਤੁਰ ਕੇ ਆਪਾ ਵਾਰ ਗਏ, ਉਹਨਾਂ ਨੇ ਆਪਣਾ ਤਨ ਅਤੇ ਮਨ ਵੀ ਪਵਿੱਤਰ ਕਰ ਲਿਆ, ਕਿਉਂਕਿ ਸਦਾ ਬਾਣੀ ਦੇ ਨਾਲ ਜੁੜੇ ਰਹਿੰਦੇ ਸਨ। ਆਸਾ ਆਸਾ ਰਾਗ ਵਿੱਚ ਆਖਦੇ, ਅੰਤਰ ਮੈਲ ਜੇ ਤੀਰਥ ਨਹਾਵੇ। ਕਹਿੰਦੇ ਮਨ ਦੇ ਵਿੱਚ ਵਿਕਾਰਾਂ ਦੀ ਮੈਲ ਵੀ ਹੋਵੇ ਅਤੇ ਤੀਰਥਾਂ ਉੱਤੇ ਵੀ ਇਸ਼ਨਾਨ ਕਰੇ, ਅਤੇ ਵਿਕਾਰ ਵੀ ਨਾ ਛੱਡੇ ਅਤੇ ਤੀਰਥਾਂ 'ਤੇ ਵੀ ਇਸ਼ਨਾਨ ਕਰੇ। ਤਿਸ ਬੈਕੁੰਠ ਨਾ ਜਾਣਾ, ਉਹ ਕਦੇ ਵੀ ਬੈਕੁੰਠ ਦੇ ਵਿੱਚ ਨਹੀਂ ਪਹੁੰਚ ਸਕਦਾ, ਉਹ ਰੱਬ ਦੀ ਦਰਗਾਹ ਵਿੱਚ ਪ੍ਰਮਾਣ ਨਹੀਂ ਹੋ ਸਕਦਾ। ਲੋਕ ਪਤੀਣੇ ਕਸ਼ੂ ਨਾ ਹੋਵੇ, ਇਹਦੇ ਨਾਲ ਲੋਕ ਤਾਂ ਪਤੀਜ ਜਾਣਗੇ, ਕਹਿਣਗੇ ਬੜਾ ਵੱਡਾ ਭਗਤ ਹੈ, ਤੀਰਥਾਂ ਦਾ ਇਸ਼ਨਾਨੀ ਹੈ, ਪਰ ਲੋਕਾਂ ਦੇ ਪਤੀਜਣ ਨਾਲ ਕੋਈ ਫਾਇਦਾ ਨਹੀਂ ਹੋਣਾ, ਨਾ ਹੀ ਰਾਮ ਇਆਨਾ, ਕਿਉਂਕਿ ਜਿਹੜਾ ਅੰਤਰਜਾਮੀ ਪਾਤਸ਼ਾਹ ਰਾਮਿਆ ਹੋਇਆ ਰਾਮ ਹੈ, ਉਹ ਅਜਾਣ ਨਹੀਂ ਹੈ, ਉਹ ਹਰ ਇੱਕ ਦੇ ਦਿਲ ਦੀ ਜਾਣਦਾ ਹੈ। ਉਹਨੂੰ ਪਤਾ ਹੈ ਕਿ ਤੁਹਾਡੇ ਅੰਦਰ ਕਿੰਨੀ ਵਿਕਾਰਾਂ ਦੀ ਮੈਲ ਭਰੀ ਹੋਈ ਹੈ, ਉਹ ਵਿਕਾਰਾਂ ਦੀ ਮੈਲ ਦੂਰ ਕਰਨਾ ਚਾਹੁੰਦੇ ਹੋ ਅਤੇ ਪਰਮਾਤਮਾ ਦਾ ਨਾਮ ਜਪੋ, ਪ੍ਰਭੂ ਦੇ ਗੁਣ ਗਾਵੋ, ਮਨ ਅਤੇ ਤਨ ਨਿਰਮਲ ਹੋ ਜਾਵੇਗਾ।
ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਨ ਡੁੱਕ ਨਾਵੇ। ਕਹਿਣ ਲੱਗੇ ਜੇ ਜਲ ਦੇ ਵਿੱਚ ਟੁੱਬੀ ਲਾਇਆ ਹੀ ਮੁਕਤੀ ਮਿਲਦੀ ਹੋਵੇ ਤਾਂ ਡੱਡੂ ਤਾਂ ਰੋਜ਼ ਹੀ ਜਲ ਦੇ ਵਿੱਚ ਨਹਾਉਂਦੇ ਨੇ, ਫਿਰ ਡੱਡੂ ਮੁਕਤ ਹੋ ਜਾਣ। ਜੇ ਡੱਡੂ ਮੁਕਤ ਨਹੀਂ ਹੋਏ ਤਾਂ ਉਹ ਬੰਦਾ ਵੀ ਮੁਕਤ ਨਹੀਂ ਹੋ ਸਕਦਾ ਜਿਹੜਾ ਕੇਵਲ ਇਹ ਸੋਚਦਾ ਕਿ ਮੈਂ ਜਲ ਦੇ ਵਿੱਚ ਇਸ਼ਨਾਨ ਕਰਾਂਗਾ ਅਤੇ ਮੁਕਤ ਹੋ ਜਾਵਾਂਗਾ। ਜੈਸੇ ਮੇਂਢਕ ਤੈਸੇ ਉਹ ਨਰ, ਜਿੱਦਾਂ ਮੇਂਢਕ ਬਾਰ ਬਾਰ ਜਨਮ ਮਰਨ ਦੇ ਗੇੜ ਵਿੱਚ ਪਏ ਨੇ, ਇਸੇ ਤਰ੍ਹਾਂ ਉਹ ਬੰਦਾ ਵੀ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ। ਫਿਰ ਫਿਰ ਜੋਨੀ ਆਵੇ, ਬਾਰ ਬਾਰ ਜੂਨਾਂ ਵਿੱਚ ਆਉਂਦਾ ਹੈ, ਕਦੀ ਜਨਮ ਹੁੰਦਾ ਕਦੀ ਮੌਤ ਹੁੰਦੀ ਹੈ, ਫਿਰ ਕਦੀ ਜਨਮ ਹੁੰਦਾ ਕਦੀ ਮੌਤ ਹੁੰਦੀ ਹੈ, ਇਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿੱਚ ਹੀ ਪਿਆ ਰਹਿੰਦਾ। ਮਰ ਮਰ ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਬੜੀ ਵੱਡੀ ਸਜ਼ਾ ਹੈ 84 ਲੱਖ ਦੀ। ਜੇ ਬਚਣਾ ਚਾਹੁੰਦੇ ਹੋ ਤਾਂ ਪਰਮਾਤਮਾ ਦਾ ਨਾਮ ਜਪੋ, ਪ੍ਰਭੂ ਦੇ ਗੁਣ ਗਾਵੋ। ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਚਿਆ ਜਾਈ। ਜਿਹੜੇ ਪੰਡਿਤ ਸਨ ਇਹ ਕਹਿੰਦੇ ਸਨ ਜਿਹੜਾ ਬਨਾਰਸ ਵਿੱਚ ਪ੍ਰਾਣ ਤਿਆਗੇਗਾ ਉਹਨੂੰ ਸਵਰਗ ਪ੍ਰਾਪਤ ਹੋਣਗੇ, ਅਤੇ ਜਿਹੜਾ ਹੜੰਬੇ ਦੀ ਧਰਤੀ ਮਗਹਰ ਦੀ ਧਰਤੀ 'ਤੇ ਪ੍ਰਾਣ ਤਿਆਗੇਗਾ ਉਹ ਨਰਕਾਂ ਵਿੱਚ ਜਾਏਗਾ। ਕਿਉਂਕਿ ਉਹ ਕਹਿੰਦੇ ਸਨ ਇਹ ਸਰਾਪੀ ਹੋਈ ਧਰਤੀ ਹੈ, ਅਤੇ ਕਬੀਰ ਸਾਹਿਬ ਜੀ ਉਸ ਮਗਹਰ ਦੀ ਧਰਤੀ 'ਤੇ ਜਾ ਕੇ ਆਪਣਾ ਡੇਰਾ ਲਾ ਲੈਂਦੇ ਨੇ। ਤੇਰੇ ਭਰੋਸੇ ਬਸਿਓ ਮਗਹਰ, ਮੇਰੇ ਤਨ ਕੀ ਤਪਤ ਬੁਝਾਈ। ਜੈਸਾ ਮਗਰ ਤੈਸੀ ਕਾਸ਼ੀ, ਉਹਨਾਂ ਨੂੰ ਜਿਹੋ ਜਿਹਾ ਮਗਰ ਹੈ ਉਹੋ ਜਿਹੀ ਕਾਸ਼ੀ ਹੈ, ਕੋਈ ਫਰਕ ਨਹੀਂ। ਇਹ ਦਰਸਾਉਣ ਵਾਸਤੇ ਭਗਤ ਕਬੀਰ ਸਾਹਿਬ ਜੀ ਮਗਰ ਦੀ ਧਰਤੀ 'ਤੇ ਗਏ ਸਨ। ਪਹਿਲੇ ਦਰਸ਼ਨ ਮਗਰ ਪਾਇਓ ਫੁਨ ਕਾਂਸੀ ਬਛੇ ਆਈ। ਕਹਿੰਦੇ ਮੈਨੂੰ ਰੱਬ ਦੇ ਦੀਦਾਰ ਪਹਿਲਾਂ ਮਗਰ ਦੀ ਧਰਤੀ 'ਤੇ ਹੋਏ ਸਨ, ਅਤੇ ਕਹਿਣ ਲੱਗੇ ਮਨ ਦਾ ਕਠੋਰ ਜਿਹੜਾ ਬੰਦਾ ਹੈ, ਜਿਹੜਾ ਕਦੇ ਨਾਮ ਨਹੀਂ ਜਪਦਾ, ਪ੍ਰਭੂ ਦੇ ਗੁਣ ਨਹੀਂ ਗਾਉਂਦਾ, ਉਹ ਭਾਵੇਂ ਬਨਾਰਸ ਵਿੱਚ ਪ੍ਰਾਣ ਤਿਆਗ ਦੇਵੇ ਨਰਕਾਂ ਤੋਂ ਨਹੀਂ ਬਚ ਸਕਦਾ, ਕਿਉਂਕਿ ਉਹਨੇ ਆਪਣਾ ਜਨਮ ਵੇਸਲਾ ਹੀ ਗਵਾ ਲਿਆ। ਅਤੇ ਦੂਜੀ ਗੱਲ ਕਹਿੰਦੇ ਹਰ ਕਾ ਸੰਤ ਮਰੈ ਹੜੰਬੈ, ਜਿਹੜਾ ਪ੍ਰਭੂ ਦੇ ਨਾਮ ਜਪਣ ਵਾਲਾ ਮਨੁੱਖ ਹੈ ਉਹਨੂੰ ਕਹਿੰਦੇ ਸੰਤ। ਉਹ ਭਾਵੇਂ ਇਸ ਸਰਾਪੀ ਹੋਈ ਬ੍ਰਾਹਮਣਾਂ ਦੇ ਅਨੁਸਾਰ ਸਰਾਪੀ ਹੋਈ ਮਗਰ ਦੀ ਧਰਤੀ ਹੜੰਬੇ ਦੀ ਧਰਤੀ 'ਤੇ ਆਪਣੇ ਪ੍ਰਾਣ ਤਿਆਗੇ, ਜਿਹੜਾ ਹਰੀ ਦਾ ਸੰਤ ਹੈ, ਜਿਹੜਾ ਨਾਮ ਜਪਣ ਵਾਲਾ ਹੈ, ਅਤੇ ਫਿਰ ਕੀ ਕਹਿੰਦੇ ਤਾਂ ਸਗਲੀ ਸੈਨ ਤਰਾਈ, ਉਹ ਆਪ 'ਤੇ ਤਰਦਾ ਏ, ਉਹ ਆਪਣੇ ਸਾਰੇ ਸਾਥੀਆਂ ਨੂੰ ਵੀ ਤਾਰ ਲੈਂਦਾ ਹੈ, ਉਹਦੇ ਨਾਲ ਉਹਦਾ ਪਰਿਵਾਰ ਵੀ ਤਰ ਜਾਂਦਾ ਹੈ, ਉਹਦੇ ਨਾਲ ਉਹਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਨੇ, ਉਹ ਸਾਰੇ ਲੋਕਾਂ ਨੂੰ ਤਾਰ ਲੈਂਦਾ। ਤਰੇ ਕੁਟੰਬ ਸੰਗ ਲੋਕ ਕੁੱਲ ਸਬਾਇਆ, ਜਿਹੜਾ ਨਾਮ ਜਪਣ ਵਾਲਾ ਨਾ ਉਹਦੇ ਸੰਗੀ ਸਾਥੀ ਤਰਦੇ, ਉਹਦਾ ਪਰਿਵਾਰ ਤਰਦਾ, ਉਹਦੀਆਂ ਕੁੱਲਾਂ ਤਰ ਜਾਂਦੀਆਂ ਨੇ। ਉਹ ਭਾਵੇਂ ਕਿਸੇ ਵੀ ਧਰਤੀ 'ਤੇ ਹੋਵੇ ਉਹ ਰੱਬ ਦੇ ਘਰ ਵਿੱਚ ਜਾਂਦਾ, ਅਤੇ ਜਿਹੜਾ ਮਨ ਦਾ ਕਠੋਰ ਹੈ ਭਾਵੇਂ ਉਹ ਬਨਾਰਸ ਵਰਗੇ ਸ਼ਹਿਰ ਵਿੱਚ ਹੀ ਪ੍ਰਾਣ ਤਿਆਗੇ, ਕਾਂਸ਼ੀ ਵਿੱਚ ਪ੍ਰਾਣ ਤਿਆਗੇ,
ਉਹ ਨਰਕਾਂ ਤੋਂ ਬਚ ਨਹੀਂ ਸਕਦਾ। ਨਰਕ ਨਾ ਬਾਂਚਿਆ ਜਾਈ, ਨਰਕਾਂ ਤੋਂ ਬਚਿਆ ਨਹੀਂ ਜਾ ਸਕਦਾ। ਇਸ ਵਾਸਤੇ ਪਰਮਾਤਮਾ ਦਾ ਨਾਮ ਜਪੋ, ਪ੍ਰਭੂ ਦੇ ਗੁਣ ਗਾਵੋ। ਦਿਨ ਸਨਾਰਾਇਣ ਵੇਦ ਨਹੀਂ ਸ਼ਾਸਤਰ, ਤਹਾਂ ਬਸੈ ਨਿਰੰਕਾਰਾ। ਕਬੀਰ ਸਾਹਿਬ ਆਖਦੇ ਨੇ ਕਿ ਉਹ ਪਰਮਾਤਮਾ ਉਸ ਦਾ ਉੱਥੇ ਵਾਸਾ ਹੈ ਜਿੱਥੇ ਨਾ ਦਿਨ ਹੈ ਨਾ ਰਾਤ ਹੈ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤਰ ਨਹੀਂ। ਭਾਵ ਉਹ ਪ੍ਰਭੂ ਉਸ ਅਵਸਥਾ ਵਿੱਚ ਆਪਣਿਆਂ ਮਿਲਦਾ ਹੈ, ਉਸ ਆਤਮਕ ਅਵਸਥਾ ਵਿੱਚ ਪਹੁੰਚਿਆ ਮਿਲਦਾ ਹੈ, ਜਿਹੜੀ ਅਵਸਥਾ ਕਿਸੇ ਖਾਸ ਸਮੇਂ ਦੇ ਮਥਾਜ ਨਹੀਂ ਹੈ, ਜਿਹੜੀ ਅਵਸਥਾ ਕਿਸੇ ਖਾਸ ਧਰਮ ਪੁਸਤਕ ਦੇ ਮਥਾਜ ਨਹੀਂ ਹੈ। ਉਹ ਅਵਸਥਾ ਜਿੱਥੇ ਕਬੀਰ ਸਾਹਿਬ ਜੀ ਕਹਿੰਦੇ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਉਸ ਉੱਚੀ ਅਵਸਥਾ ਵਿੱਚ ਪਹੁੰਚ ਕੇ ਜਦੋਂ ਉਹਨਾਂ ਦੇਖਿਆ ਕਿ ਘਰ ਘਰ ਦੇ ਵਿੱਚ ਦੁੱਖ ਹਨ, ਮੈਂ ਤਾਂ ਸਮਝਦਾ ਸੀ ਕਿ ਮੈਨੂੰ ਹੀ ਦੁੱਖ ਹਨ। ਕਬੀਰ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਅਤੇ ਕਬੀਰ ਸਾਹਿਬ ਜੀ ਕਹਿੰਦੇ ਉਸ ਆਤਮਕ ਅਵਸਥਾ ਵਿੱਚ ਪਹੁੰਚਿਆ ਰੱਬ ਮਿਲਦਾ ਹੈ। ਕਹਿ ਕਬੀਰ ਨਰ ਤਿਸੇ ਧਿਆਵੋ, ਬਾਬਰਿਆ ਸੰਸਾਰਾ। ਕਬੀਰ ਸਾਹਿਬ ਕਹਿੰਦੇ ਹੇ ਮਨੁੱਖੋ, ਹੇ ਕਮਲੇ ਲੋਕੋ, ਉਸ ਪਰਮਾਤਮਾ ਨੂੰ ਸਿਮਰੋ, ਉਸ ਪਰਮਾਤਮਾ ਦੇ ਗੁਣ ਗਾਵੋ, ਪੂਜੋ। ਰਾਮ ਏਕ ਹੀ ਦੇਵਾ, ਸਾਚਾ ਨਾਵਨ ਗੁਰ ਕੀ ਸੇਵਾ। ਗੁਰੂ ਦੇ ਦੱਸੇ ਰਸਤੇ ਉੱਤੇ ਚੱਲਣਾ ਹੀ ਅਸਲ ਤੀਰਥ ਇਸ਼ਨਾਨ ਹੈ, ਅਤੇ ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ ਦੀ ਪੂਜਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਪਾਵਨ ਦਰ ਦੀ ਹਾਜ਼ਰੀ ਭਰਨ ਦਾ ਬਾਲ ਉਤਸ਼ਾਹ ਬਖਸ਼ਿਸ਼ ਕਰਨ। ਗੁਰੂ ਸਾਹਿਬ ਜੀ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹ ਪਾਵਨ ਉਪਦੇਸ਼ ਆਪ ਜੀ ਦੇ ਹਿਰਦੇ ਵਿੱਚ ਵਸ ਜਾਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਪ੍ਰਬੰਧਕਾਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।